ਵਾਹਿਗੁਰੂ ਨਿਤ ਬਚਨ ਉਚਾਰੈ, ਵਾਹਿਗੁਰੂ ਕੋ ਹਿਰਦੈ ਧਾਰੈ, ਆਗੈ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਅਕਾਲ ਚੈਨਲ ਦੇਖ ਰਹੀ ਸਾਰੀ ਸੰਗਤ ਨੂੰ ਇਸ ਨਿਮਾਣੇ ਜੇ ਸੇਵਕ ਸਵਰਨ ਸਿੰਘ ਵੱਲੋਂ ਗੁਰਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀਓ, ਆਪਣੇ ਵਚਨ, ਆਪਣੇ ਵਾਅਦੇ, ਆਪਣੇ ਪ੍ਰੋਮਿਸ ਮੁਤਾਬਕ ਗਿਆਨ ਦੀ ਸਾਂਝ ਪ੍ਰੋਗਰਾਮ ਰਾਹੀਂ ਇੱਕ ਹੋਰ ਨਵਾਂ ਵਿਸ਼ਾ ਲੈ ਕੇ ਆਪ ਸਾਰਿਆਂ ਦੇ ਰੂਬਰੂ ਹੋ ਰਿਹਾ। ਅੱਜ ਬਹੁਤ ਹੀ ਖਾਸ ਦਿਨ ਹੈ, ਸੇਵਾ ਦੇ ਪੁੰਜ, ਨਿਮਰਤਾ ਦੇ ਮਾਲਕ ਤੀਸਰੇ ਗੁਰੂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਹੈ। ਸਾਰਿਆਂ ਤੋਂ ਪਹਿਲਾਂ ਆਪ ਸਾਰਿਆਂ ਨੂੰ ਅਕਾਲ ਚੈਨਲ ਦੀ ਪੂਰੀ ਟੀਮ ਵੱਲੋਂ ਸਾਹਿਬਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗਿਆਨ ਦੀ ਸਾਂਝ ਰਾਹੀਂ ਜਿੱਥੇ ਵਿਚਾਰ ਚਰਚਾ ਕਰਾਂਗੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਤੀਸਰੇ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬਾਰੇ ਉੱਥੇ ਵਿਚਾਰ ਕਰਾਂਗੇ। ਗੁਰੂ ਅਮਰਦਾਸ ਮਹਾਰਾਜ ਦੀ ਬਖਸ਼ੀ ਹੋਈ ਬਾਣੀ ਅਨੰਦ ਸਾਹਿਬ ਬਾਰੇ, ਅਨੰਦ ਸਾਹਿਬ ਉਹ ਬਾਣੀ ਹੈ ਜੋ ਨਿਤਨੇਮ ਦੀਆਂ ਬਾਣੀਆਂ ਦਾ ਹਿੱਸਾ ਵੀ ਹੈ। ਅਨੰਦ ਸਾਹਿਬ ਉਹ ਬਾਣੀ ਹੈ ਜੋ ਹਰ ਇੱਕ ਗੁਰਮਤਿ ਸਮਾਗਮ ਦੀ ਸਮਾਪਤੀ 'ਤੇ 6 ਪੌੜੀਆਂ ਦੇ ਰੂਪ ਦੇ ਵਿੱਚ ਪੜ੍ਹੀ ਜਾਂਦੀ ਹੈ। ਅੱਜ ਦੇ ਇਸ ਵਿਚਾਰ ਚਰਚਾ ਦੇ ਵਿੱਚ ਅਕਾਲ ਚੈਨਲ ਦੇ ਦਿੱਲੀ ਸਟੂਡੀਓ ਵਿੱਚ ਇਸ ਵੇਲੇ ਸਾਡੇ ਨਾਲ ਸਾਂਝ ਪਾ ਰਹੇ ਨੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ, ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ, ਜੋ ਕਿ ਕਥਾਵਾਚਕ ਨੇ, ਗ੍ਰੰਥੀ ਸਾਹਿਬ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ। ਸਰਦਾਰ ਪਰਮਜੀਤ ਸਿੰਘ ਜੀ, ਆਪ ਜੀ ਦਾ ਦਿੱਲੀ ਸਟੂਡੀਓ, ਦਿੱਲੀ ਅਕਾਲ ਸਟੂਡੀਓ ਵਿਖੇ ਜੀ ਆਇਆਂ ਨੂੰ। ਆਓ ਸਭ ਤੋਂ ਪਹਿਲਾਂ ਸੰਗਤ ਦੇ ਨਾਲ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਕਿਉਂਕਿ ਅੱਜ ਸਾਹਿਬਾਂ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬ ਹੈ, ਉਹਨਾਂ ਦਾ ਜੀਵਨ ਬਹੁਤ ਹੀ ਨਿਮਰਤਾ ਭਰਿਆ, ਸੇਵਾ ਦੇ ਪੁੰਜ ਰਹੇ ਹਨ। ਗੁਰਬਾਣੀ ਦੇ ਵਿੱਚ ਆਉਂਦਾ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਲਗਾਤਾਰ ਕਈ ਸਾਲ ਬੜੀ ਸ਼ਿੱਦਤ ਦੇ ਨਾਲ, ਬੜੀ ਨਿਮਰਤਾ ਦੇ ਨਾਲ ਸੇਵਾ ਕੀਤੀ, ਉਹਨਾਂ ਦੇ ਹੁਕਮ ਨੂੰ ਪਾਲਿਆ ਔਰ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਅੰਗਦ ਦੇਵ ਮਹਾਰਾਜ ਨੇ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ, ਗੁਰਤਾ ਗੱਦੀ 'ਤੇ ਬਿਠਾ ਕੇ ਉਹਨਾਂ ਨੂੰ ਨਮਸਕਾਰ ਕੀਤੀ। ਬਹੁਤ ਹੀ ਵੱਡਾ ਜੀਵਨ ਹੈ ਗੁਰੂ ਅਮਰਦਾਸ ਮਹਾਰਾਜ ਦਾ, ਜਿੱਥੇ ਉਹਨਾਂ ਨੇ ਸੇਵਾ ਕੀਤੀ, ਜਿੱਥੇ ਉਹਨਾਂ ਦੇ ਅੰਦਰ ਨਿਮਰਤਾ ਦੀ ਇੱਕ ਹੱਦ ਹੈ, ਨਿਮਰਤਾ ਦੇ ਉਹ ਸੋਮੇ ਨੇ। ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਗੁਰਤਾ ਗੱਦੀ 'ਤੇ ਬੈਠ ਕੇ ਉਹਨਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੁਆਰਾ ਚਲਾਈਆਂ ਹੋਈਆਂ ਪਰੰਪਰਾਵਾਂ ਨੂੰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਥਾਪਿਤ ਕੀਤਾ। ਭਾਵੇਂ ਉਹ ਪਹਿਲੇ ਪੰਗਤ ਪਾਛੇ ਸੰਗਤ ਵਾਲੀ ਹੋਵੇ, ਭਾਵੇਂ ਉਹ ਪਰਦੇ ਦੀ ਰਸਮ ਨੂੰ ਖਤਮ ਕਰਨ ਵਾਲੀ, ਅਤੇ ਭਾਵੇਂ ਉਹ ਵਿਧਵਾ ਵਿਵਾਹ ਦੀ ਗੱਲ ਹੋਵੇ, ਭਾਵੇਂ ਉਹ ਸਤੀ ਪ੍ਰਥਾ ਨੂੰ ਖਤਮ ਕਰਨ ਵਾਲੀ ਗੱਲ ਹੋਵੇ, ਇਹ ਬਹੁਤ ਸਾਰੀਆਂ ਐਸੀਆਂ ਸਮਾਜਿਕ ਕੁਰੀਤੀਆਂ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਖਤਮ ਕੀਤਾ। ਇਸ ਤੋਂ ਇਲਾਵਾ ਜੋ ਗੁਰੂ ਸਾਹਿਬ ਨੇ ਮਹਾਨ ਕਾਰਜ ਕੀਤੇ ਹਨ ਉਹ ਹੈ ਗੁਰਬਾਣੀ, ਬਾਣੀ ਰਚਨਾ, ਅਤੇ ਉਹਨਾਂ ਦੀ ਇੱਕ ਬਹੁਤ ਹੀ ਵੱਡਮੁੱਲੀ ਬਾਣੀ ਜੋ ਸਾਡੀ ਝੋਲੀ ਦੇ ਵਿੱਚ ਪਈ ਹੈ, ਜੋ ਸਿੱਖ ਪੰਥ ਦੀ ਝੋਲੀ ਦੇ ਵਿੱਚ ਹੈ, ਉਹ ਬਾਣੀ ਹੈ ਅਨੰਦ ਸਾਹਿਬ। ਅਤੇ ਅੱਜ ਦੇ ਇਸ ਪ੍ਰੋਗਰਾਮ ਗਿਆਨ ਦੀ ਸਾਂਝ ਰਾਹੀਂ ਅਸੀਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਇਸ ਇਲਾਹੀ ਬਾਣੀ ਅਨੰਦ ਸਾਹਿਬ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਗਿਆਨੀ ਪਰਮਜੀਤ ਸਿੰਘ ਜੀ ਪਾਸੋਂ। ਪਰਮਜੀਤ ਸਿੰਘ ਜੀ, ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਇਹ ਜੋ ਅਨੰਦ ਸਾਹਿਬ ਬਾਣੀ ਹੈ ਗੁਰੂ ਅਮਰਦਾਸ ਮਹਾਰਾਜ ਦੀ, ਆਨੰਦ ਜੋ ਇੱਕ ਵਿਸ਼ਾ ਹੈ, ਇਹਦੇ ਕੀ ਅਰਥ ਨੇ? ਜੋ ਬਾਣੀ ਦਾ ਸਿਰਲੇਖ ਹੈ, ਇਹਦੇ ਕੀ ਅਰਥ ਨੇ? ਇਹ ਬਾਣੀ ਜਿਹੜੀ ਹੈ ਕਿਹੜੇ ਰਾਗ ਵਿੱਚ ਹੈ? ਇਸ ਬਾਣੀ ਦੇ ਵਿੱਚ ਕੁੱਲ ਕਿੰਨੀਆਂ ਪੌੜੀਆਂ? ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਬਾਬੇ ਨਾਨਕ ਦੇ ਘਰ ਦੇ ਤੀਜੇ ਵਾਰਸ ਨੇ। ਹਾਂਜੀ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਬੇਅੰਤ ਬਾਣੀਆਂ ਉਚਾਰਨ ਕਰਦੇ ਨੇ। ਟੋਟਲ 17 ਰਾਗਾਂ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਸਮੁੱਚੀ ਬਾਣੀ ਹੈ। 19 ਰਾਗ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ। ਉਹਨਾਂ ਹੀ 19 ਰਾਗਾਂ ਵਿੱਚੋਂ 17 ਰਾਗ ਗੁਰੂ ਅਮਰਦਾਸ ਪਾਤਸ਼ਾਹ ਨੇ ਉਚਾਰਨ ਕੀਤੇ ਨੇ।
चार वारा ने धन गुरु रामदास पातशाह दी उचारण की हुई। हाँ जी उस तो उपरांत जी अज आप नितनेम की बाणी विचों ये पवित्र बाणी विचार अधीन चुनी है, ये आनंद साहब की पवित्र बाणी धन गुरु अमरदास साहब महाराज की है, रामकली राग में उचारण की हुई है। इस पवित्र बाणी अंदर 40 पौड़ियां ने। सतगुरु गुरु अमरदास पातशाह महाराज इस पवित्र बाणी का नाम आनंद साहब बख्शिश करते हैं। बाणी का सिरलेख आनंदी है, असी प्यार नाल आनंद साहब कहिंदे आनंद साहब कहने सत्कार दे लई, जिवें बाणी का नाम जप है रिस्पैक्ट वजो आप जपजी साहब कहने, बाणी का नाम सोहला है रिस्पैक्ट वजो सोहला साहब कहने, इस तरह बाणी का नाम है आनंद। आप लफ्ज वरतते हैं आनंद साहब, दुनिया के तल ते अगर लफ्जा नू वाचण का यतन करिए तो खुशी का अपोजिट गम है, सुख का दुख है, आनंद एडा प्यारा बचन सतगुरु ने साड़ी झोली पाया है कि यदा कोई अपोजिट शब्द नहीं है। आनंद अंदर का खेड़ा, अंदर की खुशी। सतगुरु जी ने यह लफ्ज बाणी विच दिता तो जदों फिर सिख का ग्रिस्त जीवन लई कारज हुंदा है उत्थे भी लफ्ज ये नाल जोड़ दिता गया भी आनंद कारज, आनंद कारज खुशी का कारज। उदा खुशी का लफ्ज गमी है पर इत्थे आनंद का अखरी अर्थ करांगे आपां खेड़ा। सतगुरु गुरु अमरदास पातशाह ने जिन्हां दा अज प्रकाश दिहाड़ा है, ये पवित्र 40 बौड़ियां दी पावन बाणी का संग्रह साडी झोली पाया है। गुरुद्वारे विच कोई समागम होवे, सिख दे घर विच होवे, खुशी गमी दा होवे, चाहे इत्थों तक कि अमृत की दात प्राप्त करन लई पंज प्यारे गुरु हजूरी विच खंडे बाटे दा अमृत तैयार करदे होण, उत्थे भी इस पवित्र बाणी का पाठ किया जाता है। पर जदों अमृत की दात तैयार हुंदी है उस वक्त 40 पौड़ियां का पाठ हुंदा है, पर उदा जदों कोई समागम हुंदा है सिर्फ 6 पौड़ियां का आनंद साहब की पावन बाणी विचों पाठ हुंदा है, पहली पौड़ी तो लैके 5वीं पौड़ी तक, उस तो बाद अखीरली 40 पौड़ी, इन्हां नूं 6 पौड़ियां का संग्रह दिता गया। गुरु अमरदास पातशाह जिन्हां दा अज प्रकाश दिहाड़ा मना रहे हैं, इउं बचन कर लईए कि जिवें दुध हलवाई कोल पहुंचिया, दुध दे उत्ते हलवाई दी कला वरती, मुड़ के दुध दुध नहीं रहिंदा बर्फी बन के तैयार हो जाती। लोहा किसे इंजीनियर कोल चला गया, लोहे ते किसे दी कला वरती, फिर लोहा लोहा नहीं रहिंदा कार बन के तैयार हो जाती। रूं कॉटन किसे कोल चला गया, रूं ते किसे दी कला वरती ते कपड़ा बन के तैयार हो गया। मिट्टी कुम्हार कोल पहुंच गई, मिट्टी ते कुम्हार दी कला वरती ते घड़ा बन के तैयार हो गया। जिवें दुध ते कला वरती ते बर्फी बन गई, लोहे ते कला वरती ते कार बन गई, रूं ते कला वरती ते कपड़ा बन गया, मिट्टी ते कला वरती ते घड़ा बन गया। जिद्दण गुरु अमरदास पातशाह दी आनंद साहब दी बाणी दी तेरे जीवन ते सिखा कला वरत गई, उदण तू सच्चा गुरसिख बन के तैयार हो जाएगा। अज प्रकाश दिहाड़ा है, सिख बड़े माण नाल गुरु चरणा च नसमस्तक हो जाएगा ते दिलों अरदास करके आवे कि पातशाह अज तुहाडे प्रकाश दिहाड़े ते तुहाडे चरणा च नमस्कार करन आया, किते अज तुहाडी कला मेरे जीवन ते भी वरत जाए, मैं सिख तो सोहना गुरसिख बन के तैयार हो जावां। घरां विच बैठी संगत देशां विदेशां विच तेन रुतबे लैके बैठी होएगी अंदर दी विचार दे, कईयां नूं बाणी ए पवित्र जुबानी याद होएगी आनंद साहब दी, कईयां ने कदे कदाई सुनी होवेगी ते कई ऐसे भी होणगे जिन्हां ने ए बाणी ना पढ़ी होएगी ना सुनी होएगी, ते उहनां तिन्नां पक्खां नूं आपां मुख रख के अगली विचार आरंभ करन दा यतन करदे हां। सतगुरु जी ने पावन बाणी आनंद साहब आरंभता भी इथों की, आनंद भया मेरी माए, कदों आनंद पैदा होया, अपनी माँ नूं मुखातिब करके, हे मेरी माँ मैनू आनंद प्राप्त हो गया, पर नाल कंडीशन है कदों, सतगुरु मैं पाया,
ਜਦੋਂ ਮੈਂ ਸਤਿਗੁਰੂ ਪ੍ਰਾਪਤ ਕਰ ਲਿਆ, ਸਤਿਗੁਰੂ ਦੀ ਬਦੌਲਤ ਮੈਨੂੰ ਆਨੰਦ ਪ੍ਰਾਪਤ ਹੋਇਆ। ਫਿਰ ਅੱਜ ਦਾ ਵਿਸ਼ਾ ਹੀ ਬੜਾ ਪਿਆਰਾ ਹੈ ਵੀ ਆਨੰਦ ਆਨੰਦ ਸਭ ਕੋ ਕਹੈ। ਪਹਿਲੀ ਗੱਲ ਤਾਂ ਇਹ ਹੈ, ਮੈਂ ਇਸੇ ਲਈ ਆਰੰਭਤਾ 'ਚ ਬੇਨਤੀ ਕੀਤੀ ਸੀ ਵੀ ਕਈਆਂ ਨੂੰ ਇਹ ਬਾਣੀ ਜ਼ੁਬਾਨੀ ਯਾਦ ਹੈ, ਅਤੇ ਜਿਨ੍ਹਾਂ ਨੂੰ ਜ਼ੁਬਾਨੀ ਯਾਦ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਏਗਾ ਵੀ ਜਦੋਂ ਇਹ ਪਾਵਨ ਪੌੜੀ ਸੱਤਵੀਂ ਆਰੰਭ ਹੁੰਦੀ ਹੈ, ਉਸ ਵਕਤ ਪੰਗਤੀ ਆਨੰਦ ਆਨੰਦ ਹੈ, ਐੜੇ ਨੂੰ ਕੰਨਾ ਹੈ, ਨੰਨੇ ਦੇ ਉੱਪਰ ਟਿੱਪੀ ਅਤੇ ਦੱਦਾ ਹੈ, ਪਾਠ ਆਨੰਦ ਨਹੀਂ ਕਰਨਾ, ਆਨੰਦ ਆਨੰਦ ਸਭ ਕੋ ਕਹੈ। ਗੁਰੂ ਅਮਰਦਾਸ ਪਿਤਾ ਕਹਿੰਦੇ ਨੇ ਕਿਸੇ ਨੂੰ ਨਵੀਂ ਗੱਡੀ ਮਿਲ ਗਈ ਵਧੀਆ, ਉਹ ਕਹਿੰਦਾ ਜੀ ਆਨੰਦ ਆ ਗਿਆ, ਪਹਿਲੀ ਤਾਂ ਛੋਟੀ ਸੀ ਇਹ ਬੜੀ ਵੱਡੀ ਹੈ। ਇਹ ਬੜਾ ਸੁਭਾਵਿਕ ਜਿਹਾ ਹੈਗਾ ਮਨੁੱਖਾਂ ਦਾ ਸੁਭਾਅ ਜੀ, ਕਿ ਉਹ ਹਰ ਇੱਕ ਚੀਜ਼ ਜੋ ਸੰਸਾਰਿਕ ਪਦਾਰਥ ਨੇ ਜੀ ਉਹਨਾਂ ਦੇ ਨਾਲ ਜੁੜ ਕੇ, ਸੰਸਾਰਿਕ ਖੁਸ਼ੀਆਂ ਦੇ ਨਾਲ ਜੁੜ ਕੇ ਨਾ ਕਹਿ ਦਿੰਦੇ ਨੇ ਸੁਭਾਵਿਕ ਹੀ, ਕੋਈ ਸਵਾਦਿਸ਼ਟ ਭੋਜਨ ਖਾ ਲੈਣਗੇ ਕਹਿ ਦੇਣਗੇ ਸੁਭਾਵਿਕ ਆਨੰਦ ਆ ਗਿਆ ਜੀ। ਜੀ 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 ਜਦਕਿ ਇਹ ਆਨੰਦ ਜਿਹੜਾ ਸ਼ਬਦ ਹੈ ਇਹ ਇਹਨਾਂ ਦੁਨਿਆਵੀ ਪਦਾਰਥਾਂ ਦੇ ਲਈ ਗੁਰੂ ਸਾਹਿਬ ਨੇ ਨਹੀਂ ਸ਼ਬਦ ਉਚਾਰਿਆ, ਇਹ ਅੰਦਰ ਦੇ ਖੇੜੇ ਦੀ ਗੱਲ ਹੈ ਜੀ, ਇਹ ਆਤਮਕ ਅਵਸਥਾ ਦੀ ਗੱਲ ਹੈ ਆਨੰਦ, ਜਿੱਥੇ ਇਹ ਦੁਨਿਆਵੀ ਸੁੱਖ ਜਿਹੜੇ ਨੇ ਉਹ ਕਿਤੇ ਪਿੱਛੇ ਛੁੱਟ ਜਾਂਦੇ ਨੇ। ਜੀ ਜੀ ਜੋ ਮਨ ਜੋ ਹੈ ਉਹ ਪਰਮਾਤਮਾ ਦੇ ਚਰਨਾਂ ਦੇ ਵੱਲ ਜੁੜਦਾ, ਉਹਦੇ ਚਰਨਾਂ ਦੇ ਵਿੱਚ ਅਭੇਦ ਹੁੰਦਾ, ਉੱਥੇ ਜਿਹੜਾ ਖੇੜਾ ਪੈਦਾ ਹੁੰਦਾ ਉਹ ਕਦੇ ਨਾ ਮੁੱਕਣ ਵਾਲੀ ਜਿਹੜੀ ਖੁਸ਼ੀ ਹੈ ਉਹ ਆਨੰਦ। ਸੰਗਤ ਜੀ, ਭਾਈ ਸਾਹਿਬ ਜੀ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਨੂੰ ਦੱਸਿਆ ਹੈ ਕਿ ਇਹ ਜੋ ਆਨੰਦ ਹੈ ਇਹ ਇੱਕ ਸੁਭਾਵਿਕ ਹੈ, ਇਹ ਖੇੜਾ ਹੈ, ਇਹਦਾ ਕੋਈ ਆਪੋਜ਼ਿਟ ਸ਼ਬਦ ਹੀ ਨਹੀਂ, ਕਿਉਂਕਿ ਦੁੱਖ ਦੇ ਨਾਲ ਸੁੱਖ ਹੈ, ਖੁਸ਼ੀ ਦੇ ਨਾਲ ਗਮ ਹੈ, ਹਾਸੇ ਦੇ ਨਾਲ ਰੋਣਾ ਹੈ, ਪਰ ਆਨੰਦ ਆਨੰਦ ਇੱਕ ਐਸਾ ਖੇੜਾ ਹੈ ਜੋ ਕਦੇ ਮੁੱਕਦਾ ਨਹੀਂ। ਕਾਰਨ, ਕਿਉਂਕਿ ਇਹ ਦੁਨਿਆਵੀ ਪਦਾਰਥਾਂ ਨਾਲ, ਦੁਨਿਆਵੀ ਰਿਸ਼ਤਿਆਂ ਨਾਲ ਨਹੀਂ ਜੁੜਿਆ, ਇਹ ਅੰਦਰ ਦਾ ਖੇੜਾ ਹੈ, ਇਹ ਆਤਮਕ ਅਵਸਥਾ ਹੈ, ਇਹ ਕਹਿ ਸਕਦੇ ਹਾਂ ਇਟਸ ਅ ਸਟੇਟ ਆਫ ਮਾਇੰਡ। ਅਤੇ ਗੁਰੂ ਸਾਹਿਬ ਕਿਰਪਾ ਕਰਨ, ਅੱਜ ਦੇ ਇਸ ਗਿਆਨ ਦੀ ਸਾਂਝ ਪ੍ਰੋਗਰਾਮ ਦੇ ਵਿੱਚ ਅਸੀਂ ਆਨੰਦ ਆਨੰਦ ਸਭ ਕੋ ਕਹੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਉਹਨਾਂ ਦੀ ਇਹ ਇਲਾਹੀ ਬਾਣੀ ਜੋ ਹੈ ਉਹ ਇਸ ਤਰ੍ਹਾਂ ਵਿਚਾਰ ਕਰਕੇ ਸੰਗਤਾਂ ਤੱਕ ਪਹੁੰਚਾ ਰਹੇ। ਇਸ ਵੇਲੇ ਸਮਾਂ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸੰਗਤ ਜੀ, ਇੱਕ ਵਾਰ ਫਿਰ ਗਿਆਨ ਦੀ ਸਾਂਝ ਪ੍ਰੋਗਰਾਮ ਦੇ ਵਿੱਚ ਆਪ ਸਾਰਿਆਂ ਨੂੰ ਜੀ ਅਕਾਲ ਚੈਨਲ ਰਾਹੀਂ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ। ਪ੍ਰੋਗਰਾਮ ਗਿਆਨ ਦੀ ਸਾਂਝ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਗਿਆਨੀ ਪਰਮਜੀਤ ਸਿੰਘ ਜੀ। ਬਹੁਤ ਸੋਹਣੇ ਤਰੀਕੇ ਦੇ ਨਾਲ ਜੋ ਆਨੰਦ ਸਾਹਿਬ ਜੀ ਦੀ ਬਾਣੀ, ਆਨੰਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਜੋ ਵਿਸ਼ਾ ਹੈ, ਜੋ ਉਪਦੇਸ਼ ਹੈ ਗੁਰੂ ਸਾਹਿਬ ਜੀ ਦਾ, ਉਹ ਸਾਡੇ ਨਾਲ ਸਾਂਝਾ ਕਰ ਰਹੇ। ਇਸੇ ਤਰ੍ਹਾਂ ਦੇਖਦੇ ਰਹੋ ਗਿਆਨੀ ਪਰਮਜੀਤ ਸਿੰਘ ਜੀ, ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਅੰਮ੍ਰਿਤ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਦੇ ਵਿੱਚ ਚਰਣਾ ਅੰਮ੍ਰਿਤ ਸੀ, ਫਿਰ ਜਿਸ ਵੇਲੇ ਇਹ ਵਿਕਾਸ ਕਰਦਾ ਅਤੇ ਦਸਵੇਂ ਪਾਤਸ਼ਾਹ ਤੱਕ ਪਹੁੰਚਦਿਆਂ ਪਹੁੰਚਦਿਆਂ ਇਹ ਖੰਡੇ ਬਾਟੇ ਦੀ ਪੌਲ ਬਣਦਾ। ਹੁਣ ਵੈਸੇ ਤਾਂ ਬਾਣੀ ਨੂੰ ਵੀ ਅੰਮ੍ਰਿਤ ਕਹਿ ਲਿਆ ਜਾਂਦਾ, ਪਰ ਇਸ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਜੋ ਗੁਰੂ ਸਾਹਿਬ ਇਹ ਸ਼ਬਦ, ਇਹ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਇਹ ਕਿਹੜਾ ਅੰਮ੍ਰਿਤ ਗੁਰੂ ਸਾਹਿਬ ਤੋਂ ਪ੍ਰਾਪਤ ਹੋ ਰਿਹਾ, ਗੁਰੂ ਸਾਹਿਬ ਕੀ ਇਸ਼ਾਰਾ ਦੇਣਾ ਚਾਹ ਰਹੇ ਨੇ ਇਸ ਬਾਣੀ ਰਾਹੀਂ? ਸਾ ਸਤਿਗੁਰੂ ਗੁਰੂ ਅਮਰਦਾਸ ਪਿਤਾ ਮਹਾਰਾਜ ਆਨੰਦ ਸਾਹਿਬ ਦੀ ਇਸ ਪੌੜੀ ਅੰਦਰ ਜਦੋਂ ਬਚਨ ਸਾਡੀ ਝੋਲੀ ਪਾਉਂਦੇ ਨੇ ਵੀ ਸੁਰ ਨਰ, ਸੁਰ ਮਾਨੇ ਦੇਵ ਤੇ ਨਰ ਮਾਨੇ ਮਨੁੱਖ, ਮੁਨ ਜਨ ਮੁਨੀ ਅਤੇ ਜਨ ਸੇਵਕ, ਦੁਨੀਆ ਭਰ ਦੇ ਹੋਰ ਜੋਗੀ ਜਤੀ ਵੀ ਜੋੜ ਲਈਏ ਨਾਲ, ਇਹ ਸਮਾਂ ਪਾ ਕੇ ਲੱਭਦੇ ਰਹੇ ਵੀ ਸਾਨੂੰ ਕਿਤੇ ਅੰਮ੍ਰਿਤ ਪ੍ਰਾਪਤ ਹੋ ਜਾਏ। ਉਹਨਾਂ ਦਾ ਅੰਮ੍ਰਿਤ ਲੱਭਣਾ ਸ਼ਾਇਦ ਉਹੀ ਹੋਏਗਾ ਜਿਹੜਾ ਉਹ ਸਮੁੰਦਰ ਰਿੜਕ ਕੇ ਪ੍ਰਾਪਤ ਕੀਤਾ ਹੋਏਗਾ। ਪਰ ਗੁਰੂ ਅਮਰਦਾਸ ਪਾਤਸ਼ਾਹ ਨੇ ਕਿੱਡਾ ਪਿਆਰਾ ਜਿਹਾ ਬਚਨ ਕਹਿ ਦਿੱਤਾ ਵੀ ਸੁਰਨਰ ਮੁਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਖੋਜ ਕਰਕੇ ਜਿਹੜਾ ਪ੍ਰਾਪਤ ਕਰਨ ਲਈ ਤੁਰੇ ਫਿਰਦੇ ਸੀ, ਲੱਭਿਆ ਕੋਈ ਨਹੀਂ, ਤੈਨੂੰ ਖੋਜੀ ਬਿਰਤੀ ਵਾਲਾ ਅੰਮ੍ਰਿਤ, ਗੁਰੂ ਦੇ ਗਿਆਨ ਵਾਲਾ ਅੰਮ੍ਰਿਤ, ਰੱਬੀ ਨਾਮ ਵਾਲਾ ਅੰਮ੍ਰਿਤ, ਉਹ ਤੈਨੂੰ ਤੇਰੇ ਗੁਰੂ ਕੋਲੋਂ ਪ੍ਰਾਪਤ ਹੋਇਆ। ਸੁਰਨਰ ਮੁਨਜ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ। ਜਦੋਂ ਅੰਮ੍ਰਿਤ ਮਿਲਿਆ ਤੇ ਗੁਰੂ ਦੀ ਕਿਰਪਾ ਹੋ ਗਈ, ਤੇ ਅੰਮ੍ਰਿਤ ਮਿਲਿਆ ਵੀ ਗੁਰੂ ਤੋਂ ਹੈ ਤੇ ਕਿਰਪਾ ਵੀ ਗੁਰੂ ਦੀ ਹੋਈ, ਤੇ ਜਦੋਂ ਕਿਰਪਾ ਗੁਰੂ ਦੀ ਹੋਈ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾ। ਗੁਰੂ ਨੇ ਕਿਰਪਾ ਕਰਕੇ ਉਸ ਸੱਚੇ ਪਰਵਧਿਗਾਰ ਪਰਮਾਤਮਾ ਨੂੰ ਮਨ ਵਿੱਚ ਟਿਕਾ ਦਿੱਤਾ। ਤਨ ਵਿੱਚ ਤੇ ਪਰਮਾਤਮਾ ਸਾਰਿਆਂ ਦੇ ਹੈ, ਪਰ ਗੁਰੂ ਦੀ ਕਿਰਪਾ ਤੋਂ ਬਿਨਾਂ ਮਨ ਵਿੱਚ ਆ ਕੇ ਨਹੀਂ ਵਸਦਾ। ਬਹੁਤ ਸੋਹਣੇ ਤਰੀਕੇ ਦੇ ਨਾਲ ਭਾਈ ਸਾਹਿਬ ਜੀ ਨੇ ਸਾਨੂੰ ਸਮਝਾਇਆ ਇਹ ਅੰਮ੍ਰਿਤ, ਕਿਉਂਕਿ ਜਦੋਂ ਅੰਮ੍ਰਿਤ ਦੀ ਗੱਲ ਹੋਏਗੀ ਨਾ ਤੇ ਇਹਦਾ ਇੱਕ ਓਪੋਜ਼ਿਟ ਜਿਹੜਾ ਸ਼ਬਦ ਹੈ ਨਾ ਵਿਸ਼, ਜ਼ਹਿਰ, ਉਹ ਵੀ ਸਾਡੇ ਜ਼ਿਹਨ ਦੇ ਵਿੱਚ ਕਿਤੇ ਰਹੇਗਾ। ਇਹ ਕਲੀਅਰ ਹੋ ਰਿਹਾ ਇੱਥੇ, ਭਾਈ ਸਾਹਿਬ ਜੀ ਨੇ ਵੀ ਸੋਹਣੇ ਤਰੀਕੇ ਨਾਲ ਸਮਝਾਇਆ, ਗੁਰੂ ਸਾਹਿਬ ਬਾਣੀ ਦੇ ਵਿੱਚ ਇਹ ਸਪਸ਼ਟ ਕਰ ਰਹੇ ਨੇ ਕਿ ਭਾਈ ਤੇਰੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਈਰਖਾ, ਦੁਐਸ਼, ਇਹ ਜ਼ਹਿਰ ਹੈ, ਇਹ ਵਿਸ਼, ਇਹ ਵਿਸ਼ੇ ਵਿਕਾਰ ਨੇ, ਅਤੇ ਇਹਨਾਂ ਨੂੰ ਜੇ ਖਤਮ ਕਰਨਾ ਚਾਹੁੰਦਾ ਤਾਂ ਇਹਨੂੰ ਅੰਮ੍ਰਿਤ ਖਤਮ ਕਰ ਸਕਦਾ, ਅਤੇ ਇਹ ਅੰਮ੍ਰਿਤ ਮਿਲੇਗਾ ਗੁਰੂ ਸਾਹਿਬ ਪਾਸੋਂ, ਗੁਰੂ ਦੀ ਬਾਣੀ ਦੇ ਵਿੱਚੋਂ ਇਹ ਬਾਣੀ ਤੇਰੇ ਅੰਦਰ ਜਾਏਗੀ, ਅੰਦਰ ਨਿਰਮਲ ਹੋਏਗਾ, ਅੰਮ੍ਰਿਤ ਵਸੇਗਾ ਅੰਦਰ, ਅਤੇ ਇਹ ਜ਼ਹਿਰ ਤੇਰੇ ਅੰਦਰੋਂ ਮੁੱਕੇਗਾ। ਅਤੇ ਜਦ ਤੱਕ ਇਹ ਜ਼ਹਿਰ ਅੰਦਰੋਂ ਨਹੀਂ ਮੁੱਕਦਾ ਤਾਂ ਸਾਡਾ ਜੀਵਨ ਜਿਹੜਾ ਉਹ ਚੰਗਾ ਨਹੀਂ ਹੋ ਸਕਦਾ, ਤਬਦੀਲ ਨਹੀਂ ਹੋ ਸਕਦਾ। ਇੱਥੇ ਗੱਲ ਸਮਝ ਆ ਰਹੀ ਹੈ ਭਾਈ ਸਾਹਿਬ ਜੀ ਕਿ ਗੁਰੂ ਸਾਹਿਬ ਸਾਨੂੰ ਇਸ ਬਾਣੀ ਰਾਹੀਂ ਨਾ ਇੱਕ ਸੁਚੱਜੀ ਜੀਵਨ ਸੇਧ ਬਖਸ਼ਿਸ਼ ਕਰ ਰਹੇ। ਬਿਲਕੁਲ ਜੀ, ਗੁਰੂ ਸਾਹਿਬ ਨੇ ਸਾਨੂੰ ਇਸ ਬਾਣੀ ਰਾਹੀਂ ਇਹ ਵੀ ਦੱਸਿਆ ਕਿ ਸਾਡਾ ਇਹ ਸਰੀਰ ਹੈ, ਸਾਡਾ ਇਹ ਸਰੀਰ ਜੋ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ, ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਕਿ ਉੱਥੇ ਜਿੱਥੇ ਮਨੁੱਖ ਦਾ ਜਨਮ ਹੁੰਦਾ ਗਰਭ ਦੇ ਵਿੱਚ, ਜਿੱਥੇ ਅੱਗ ਹੈ, ਸਭ ਕੁਝ ਸੜ ਕੇ ਸਵਾਹ ਹੁੰਦਾ, ਗੁਰੂ ਸਾਹਿਬ ਉੱਥੇ ਵੀ ਜੀਵ ਨੂੰ ਆਹਾਰ ਪਹੁੰਚਾਉਂਦੇ ਨੇ ਜੀ। ਤੇ ਫਿਰ ਸੰਸਾਰ ਦੇ ਵਿੱਚ ਜਦੋਂ ਬਾਲਕ ਜਨਮ ਲੈਂਦਾ ਇਹ ਸਰੀਰ, ਇਹ ਦੇਹ ਮਿਲਦੀ ਹੈ, ਤੇ ਇਸ ਤਰ੍ਹਾਂ ਸੰਸਾਰ ਦੇ ਵਿੱਚ ਜਨਮ ਲੈ ਕੇ ਇਹ ਸਰੀਰ ਜਿਹੜਾ ਗੁਰੂ ਸਾਹਿਬ ਦੱਸ ਰਹੇ ਨੇ ਬਾਣੀ ਰਾਹੀਂ ਕਿ ਕਿੱਦਾਂ ਪਵਿੱਤਰ ਹੋਏਗਾ, ਕਿੱਦਾਂ ਇਹ ਸਰੀਰ ਪਰਮਾਤਮਾ ਦੇ ਵਿੱਚ ਅਭੇਦ ਹੋਏਗਾ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਇਸ ਸਰੀਰ ਰਾਹੀਂ ਕਿਸ ਤਰ੍ਹਾਂ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ। ਇੱਥੇ ਜਿਹੜਾ ਖੁਲਾਸਾ ਕੀਤਾ ਜਾਏ ਕਿ ਗੁਰੂ ਸਾਹਿਬ ਬਾਣੀ ਦੇ ਵਿੱਚ ਸਾਨੂੰ ਦੱਸ ਰਹੇ ਨੇ ਕਿਹੜਾ ਸਰੀਰ ਜਿਹੜਾ ਉਹ ਗੁਰਬਾਣੀ ਦੇ ਵਿੱਚ ਗੁਰੂ ਨੂੰ ਪ੍ਰਵਾਨ ਹੈ ਜੀ। ਜੀ, ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਪ੍ਰਤਪਾਲ ਕਰੇ, ਜੋ ਪਰਮਾਤਮਾ ਮਾਤਾ ਦੇ ਪੇਟ ਵਿੱਚ ਤੇਰੀ ਪ੍ਰਤਪਾਲਣਾ ਕਰਦਾ ਹੈ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ, ਉਸ ਪਰਮਾਤਮਾ ਨੂੰ ਤੂੰ ਮਨ ਤੋਂ ਕਿਉਂ ਭੁਲਾਉਣਾ ਹੈ, ਕਿਉਂ ਵਿਸਾਰਦਾ, ਭਾਵ ਤੈਨੂੰ ਭੁਲਾਉਣਾ ਨਹੀਂ ਚਾਹੀਦਾ ਉਸ ਪਰਮਾਤਮਾ ਨੂੰ ਜੋ ਪਰਮਾਤਮਾ ਮਾਤਾ ਦੇ ਉਦਰ ਵਿੱਚ ਤੇਰੀ ਪ੍ਰਤਪਾਲਣਾ ਕਰ ਰਿਹਾ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ ਏਵਡ ਦਾਤਾ, ਏਵਡ ਮਾਨੇ ਏਡਾ ਵੱਡਾ, ਕਿੱਡਾ ਵੱਡਾ ਜੀ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਜਿਹੜਾ ਮਾਤਾ ਦੇ ਪੇਟ ਦੀ ਜਠਰ ਅਗਨੀ ਵਿੱਚ ਤੈਨੂੰ ਰੋਟੀ ਪਹੁੰਚਾ ਰਿਹਾ, ਆਹਾਰ ਖੁਰਾਕ ਤੇਰੀ ਦੇ ਰਿਹਾ, ਮਾਂ ਨਹੀਂ ਖੁਰਾਕ ਦੇ ਰਹੀ, ਮਾਂ ਤੇ ਆਪਣੀ ਨੀਡ ਆਪਣੀ ਖੁਰਾਕ ਖਾ ਰਹੀ ਹੈ, ਪਰ ਪਰਮਾਤਮਾ ਮਾਂ ਦੀ ਖੁਰਾਕ ਵਿੱਚੋਂ ਤੈਨੂੰ ਖੁਰਾਕ ਪਹੁੰਚਾ ਰਹੇ। ਜੇ ਮਾਂ ਖੁਰਾਕ ਪਹੁੰਚਾਉਂਦੀ ਹੁੰਦੀ ਤੇ ਮਾਂ ਤੇ ਆਪਣੀ ਮਰਜ਼ੀ ਦਾ ਜੋ ਬੱਚੇ ਨੂੰ ਚਾਹੀਦਾ ਉਹ ਦਿੰਦੀ ਹੁੰਦੀ, ਪਰ ਉਹ ਆਪਣੀ ਖੁਰਾਕ ਖਾ ਰਹੀ ਹੈ, ਰੱਬ ਮਾਂ ਦੀ ਖੁਰਾਕ ਵਿੱਚੋਂ ਉਹਦੀ ਖੁਰਾਕ ਦਾ ਇੰਤਜ਼ਾਮ ਕਰ ਰਿਹਾ। ਮਨੋ ਕਿਉਂ ਵਿਸਾਰੀਏ ਏਵਡ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਫਿਰ ਪਾਤਸ਼ਾਹ ਕਹਿੰਦੇ ਉਸ ਨੂੰ ਕਿ ਪੋ ਨਾ ਸਕੀ, ਜਿਸ ਨੂੰ ਪਰਮਾਤਮਾ ਪਾਲ ਰਿਹਾ ਉਹਨੂੰ ਰੱਬ ਫਿਰ ਮਾਤਾ ਦੇ ਪੇਟ ਵਿੱਚ ਤੱਤੀ ਵਾਹ ਵੀ ਨਹੀਂ ਲੱਗਣ ਦਿੰਦਾ, ਉਸ ਨੂੰ ਕਿ ਪੋ ਨਾ ਸਕੀ। ਔਰ ਵਾਕਿਆ ਹੀ ਇਹ ਪੱਕੀ ਗੱਲ ਹੈ, ਜਿਹਨੂੰ ਪਰਮਾਤਮਾ ਨੇ ਮਾਤਾ ਦੇ ਪੇਟ 'ਚ ਪੁੱਠੇ ਲਟਕਾ ਕੇ ਤੱਤੀ ਵਾਹ ਨਹੀਂ ਲੱਗਣ ਦਿੱਤੀ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਭਾਈ ਅੱਜ ਸਾਡਾ ਪ੍ਰਕਾਸ਼ ਦਿਹਾੜਾ ਹੈ, ਇਸ ਗੱਲ ਨੂੰ ਚੇਤੇ ਰੱਖ, ਉਸ ਏਡੇ ਵੱਡੇ ਪਰਮਾਤਮਾ ਨੂੰ ਕਦੇ ਭੁਲਾ ਨਾ ਅਤੇ ਰੱਬ ਭੁੱਲੇ ਨਾ। ਇਸ ਲਈ ਆਨੰਦ ਸਾਹਿਬ ਦੀ ਬਾਣੀ ਵਿੱਚ ਹੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਸਾਨੂੰ ਆਵਾਜ਼ ਮਾਰ ਰਹੇ ਨੇ। ਅਤੇ ਅੱਜ ਕਿੱਡਾ ਚੰਗਾ ਹੋਵੇਗਾ ਜਦੋਂ ਆਪਾਂ ਟੀ ਵੀ 'ਤੇ ਪ੍ਰੋਗਰਾਮ ਦੇਖ ਰਹੇ ਹੋਵਾਂਗੇ ਅਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀ ਮਨ 'ਚ ਖੁਸ਼ੀ ਹੋਏਗੀ, ਫਿਰ ਇਹ ਬਚਨ ਕੰਨੀ ਪਏਗਾ ਵੀ ਅੱਜ ਤਾਂ ਗੁਰੂ ਅਮਰਦਾਸ ਪਾਤਸ਼ਾਹ ਗੁਰਦੁਆਰੇ ਸੱਦ ਰਹੇ ਨੇ ਵੀ ਆਵੋ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਅਤੇ ਆਉਣਾ ਉਹਨਾਂ ਨੇ ਗੁਰਦੁਆਰੇ ਹੈ
ਜਿਹੜੇ ਸਤਿਗੁਰੂ ਦੇ ਪਿਆਰੇ ਹੋ। ਬਿਲਕੁਲ ਜੀ, ਬਿਲਕੁਲ ਬਿਲਕੁਲ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਤੇ ਆ ਕੇ ਫਿਰ ਕਰੋ ਕੀ। ਅੱਜ ਸਤਿਗੁਰੂ ਇਹ ਨਹੀਂ ਕਹਿੰਦੇ ਵੀ ਲੰਗਰ ਹੀ ਖਾ ਕੇ ਚਲੇ ਜਿਓ, ਅੱਜ ਕਹਿਣਗੇ ਵੀ ਗਾਵੋ ਸੱਚੀ ਬਾਣੀ, ਬਾਣੀ ਗਾ ਕੇ ਜਾਇਓ। ਵੀ ਜੇ ਆਏ ਹੋ ਤੇ ਜਿਹੜਾ ਪਿਆਰਾ ਗੁਰੂ ਕੋਲ ਆਉਂਦਾ ਹੈ ਨਾ, ਉਹ ਗੁਰੂ ਦੀ ਬਾਣੀ ਗਾਏ ਬਿਨਾਂ ਜਾ ਨਹੀਂ ਸਕਦਾ। ਤੇ ਸਤਿਗੁਰੂ ਕਹਿੰਦੇ ਨੇ ਵੀ ਏਡੇ ਵੱਡੇ ਰੱਬ ਨੂੰ ਭੁਲਾ ਨਾ, ਤੇ ਜੇ ਬਾਣੀ ਗਾਏਗਾ ਤੇ ਉਸ ਦਾਤੇ ਨੂੰ ਚੇਤੇ ਰੱਖੇਗਾ ਜਿਹਨੇ ਮਾਤਾ ਦੇ ਉਦਰ ਅੰਦਰ ਪ੍ਰਤਪਾਲਣਾ ਕੀਤੀ ਹੈ। ਇਹ ਹੈ ਉਸ ਪਾਵਨ ਪੌੜੀ ਦਾ ਬਚਨ ਜੋ ਸਤਿਗੁਰੂ ਸਾਡੀ ਝੋਲੀ ਪਾ ਰਹੇ ਨੇ। ਬੋਲੋ ਕਿ ਇਸ ਤਰ੍ਹਾਂ ਇਹ ਸਰੀਰ ਪ੍ਰਵਾਨ ਹੋਏਗਾ। ਬਿਲਕੁਲ, ਕਿ ਜਨਮ ਮਿਲਿਆ ਉਹ ਜਨਮ ਉਸ ਥਾਂ 'ਤੇ ਜਿੱਥੇ ਸਭ ਕੁਝ ਸੜ ਕੇ ਸਵਾਹ ਹੋ ਜਾਂਦਾ ਹੈ ਮਾਂ ਦੇ ਗਰਭ ਦੇ ਵਿੱਚ, ਉੱਥੋਂ ਜਨਮ ਹੋ ਰਿਹਾ ਜੀ, ਉੱਥੋਂ ਪ੍ਰਤਪਾਲਣਾ ਕਰਨੀ ਸ਼ੁਰੂ ਕੀਤੀ ਉਸ ਅਕਾਲ ਪੁਰਖ ਪਰਮਾਤਮਾ ਨੇ, ਅਤੇ ਇਸ ਤਰ੍ਹਾਂ ਜੀਵ ਸੰਸਾਰ ਦੇ ਵਿੱਚ ਆਇਆ। ਅਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਆ ਕੇ ਜੀਵ ਨੂੰ ਸੰਸਾਰੀ ਮਾਇਆ ਚੰਬੜ ਜਾਂਦੀ ਹੈ ਜੀ, ਆਪਣੇ ਉਸ ਟਾਰਗੇਟ ਤੋਂ ਆਪਣੇ ਏਮ ਤੋਂ ਡਾਇਵਰਟ ਹੋ ਜਾਂਦਾ, ਭਟਕ ਜਾਂਦਾ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਇਸ ਭਟਕਣਾ ਤੋਂ ਬਚ ਕੇ, ਮਾਇਆ ਦੇ ਪ੍ਰਭਾਵ ਤੋਂ ਬਚ ਕੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਲਿਵ ਜੋੜੀ ਰੱਖਦਾ, ਇਲਾਹੀ ਬਾਣੀ ਨੂੰ ਗਾਉਂਦਾ, ਉਸ ਦਾ ਇਹ ਸਰੀਰ ਪ੍ਰਵਾਨ ਹੋ ਜਾਂਦਾ। ਇਹ ਸਰੀਰ ਦੇ ਵਿੱਚ ਜਿੱਥੇ ਇਹ ਸਾਡੀ ਇਹ ਜੋ ਬੁੱਧੀ ਹੈ, ਇਹ ਨਾਸਿਕਾ ਹੈ ਜਿਸਨੂੰ ਅਸੀਂ ਨੱਕ ਕਹਿੰਦੇ ਹਾਂ, ਇਹ ਰਸਨਾ, ਅੱਖਾਂ ਨੇ, ਕੰਨ ਨੇ, ਬੜੇ ਸੋਹਣੇ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਇਹਨਾਂ ਸਾਰਿਆਂ ਦਾ ਜ਼ਿਕਰ ਵੀ ਕੀਤਾ ਜੀ। ਬਿਲਕੁਲ ਕੀਤਾ ਹੈ, ਕਿਤੇ ਸਾਡੀ ਲਿਵ ਜਿਹੜੀ ਉਹ ਜੁੜੀ ਰਹੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੀ। ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਅੱਖਾਂ ਜਿਹੜੀਆਂ ਨੇ ਨਾ, ਇਹਨਾਂ ਦਾ ਕੀ ਕੰਮ ਹੋਣਾ ਚਾਹੀਦਾ ਹੈ, ਕੰਨਾਂ ਦਾ ਕੀ ਕੰਮ ਹੋਣਾ ਚਾਹੀਦਾ, ਕੰਨ ਕੀ ਕਰਨ, ਕਿਉਂਕਿ ਅਸੀਂ ਸੰਸਾਰ ਦੇ ਵਿੱਚ ਰਹਿ ਕੇ ਨਾ ਅੱਖਾਂ ਨਾਲ ਉਹ ਕੁਝ ਦੇਖਦੇ ਹਾਂ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ, ਬਹੁ ਰੰਗ ਤਮਾਸ਼ੇ, ਉਹ ਚੀਜ਼ਾਂ ਦੇਖਦੇ ਜਿਹੜੀਆਂ ਨਹੀਂ ਦੇਖਣੀਆਂ ਚਾਹੀਦੀਆਂ ਜੀ, ਕਹਿ ਦੇਣਾ ਚਾਹੀਦਾ ਜੀ ਜੀ, ਉਹ ਗੱਲਾਂ ਸੁਣਦੇ ਆ ਜਿਹੜੀਆਂ ਨਹੀਂ ਸੁਣਨੀਆਂ ਚਾਹੀਦੀਆਂ ਜੀ। ਪਰ ਗੁਰੂ ਸਾਹਿਬ ਸਾਨੂੰ ਬਾਣੀ ਦੇ ਵਿੱਚ ਸਮਝਾਉਂਦੇ ਨੇ ਕਿ ਭਾਈ ਕੀ ਦੇਖਣਾ ਜੀ, ਕੀ ਸੁਣਨਾ, ਅਤੇ ਇਹ ਇੱਕ ਜੀਵਨ ਜਾਂਚ ਹੈ। ਇਹਨਾਂ ਦੋਨਾਂ ਗੱਲਾਂ ਦੇ ਵਿੱਚ ਗੁਰੂ ਸਾਹਿਬ ਜਿੱਥੇ ਸਾਨੂੰ ਅੱਖਾਂ ਨਾਲ ਦੇਖਣ ਲਈ ਔਰ ਕੰਨਾਂ ਨਾਲ ਸੁਣਨ ਲਈ ਕੀ ਉਪਦੇਸ਼ ਕਰ ਰਹੇ ਨੇ, ਇਹ ਜ਼ਰੂਰ ਸੰਗਤਾਂ ਦੇ ਨਾਲ ਆਪਦੀ ਸਾਂਝੀ ਪਾਓ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਡੀ ਬੋਡੀ ਦੇ ਜਿੰਨੇ ਪਾਰਟ ਨੇ ਨਾ, ਇੱਕ ਇੱਕ ਪਾਰਟ ਦੇ ਉੱਤੇ ਇੱਕ ਇੱਕ ਪੌੜੀ ਦੀ ਦਾਤ ਬਖਸ਼ਿਸ਼ ਕੀਤੀ। ਗੁਰੂ ਅਮਰਦਾਸ ਪਾਤਸ਼ਾਹ ਜੇ ਅੱਖਾਂ ਦੀ ਗੱਲ ਕਰਦੇ ਨੇ ਤਾਂ ਅੱਖਾਂ ਦੀ ਰਾਹੀਂ ਐਡਾ ਪਿਆਰਾ ਬਚਨ ਸਾਡੀ ਝੋਲੀ ਪਾਉਂਦੇ ਨੇ ਕਿ ਇਹ ਨੇਤਰੋ ਮੇਰਿਓ, ਆਪਣੇ ਤੋਂ ਗੱਲ ਸ਼ੁਰੂ ਕੀਤੀ ਹੈ ਕਿ ਹੇ ਮੇਰਿਓ ਅੱਖੋ, ਤੇ ਕੀ ਕਹਿ ਰਹੇ ਨੇ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ, ਤੁਹਾਡੇ ਵਿੱਚ ਪਰਮਾਤਮਾ ਨੇ ਆਪਣੀ ਜੋਤ ਰੱਖੀ ਹੈ। ਔਰ ਇਹ ਪੱਕੀ ਗੱਲ ਹੈ, ਜਿੱਦਣ ਅੱਖਾਂ ਦੇ ਵਿੱਚੋਂ ਰੱਬ ਦੀ ਜੋਤ ਚਲੀ ਗਈ, ਅੱਖਾਂ ਜਿੰਨੀਆਂ ਮਰਜ਼ੀ ਸੋਹਣੀਆਂ ਹੋਣ, ਇਹ ਜਹਾਨ ਨੂੰ ਨਹੀਂ ਦੇਖ ਸਕਦੀਆਂ। ਬਿਲਕੁਲ, ਇੰਨੀ ਗੱਲ ਸਮਝ ਆ ਜਾਏ ਕਿ ਇਹਨਾਂ ਅੱਖਾਂ ਵਿੱਚ ਰੱਬ ਦੀ ਜੋਤ ਹੈ, ਉਹਦੀ ਜੋਤ ਨਾਲ ਮੈਂ ਸੰਸਾਰ ਵੇਖਦਾ। ਸਤਿਗੁਰੂ ਗੁਰੂ ਅੰਗਦ ਸਾਹਿਬ ਦਾ ਵੀ ਬਚਨ ਹੁੰਦਾ, ਸਤਿਗੁਰੂ ਕਹਿੰਦੇ ਵੀ ਜਿੱਚਰ ਤੇਰੀ ਜੋਤ, ਤਿੱਚਰ ਜੋਤੀ ਵਿੱਚ ਤੂੰ ਬੋਲੇ। ਹੇ ਪਰਮਾਤਮਾ, ਜਦੋਂ ਤੱਕ ਤੇਰੀ ਜੋਤ ਮੇਰੇ ਸਰੀਰ ਵਿੱਚ ਹੈ, ਉਦੋਂ ਤੱਕ ਹਰ ਇੱਕ ਪ੍ਰਾਣੀ ਉਸ ਜੋਤ ਦੇ ਨਾਲ, ਤੇਰੀ ਜੋਤ ਦੇ ਨਾਲ ਬੋਲਦਾ, ਤੇਰੀ ਜੋਤ ਦੇ ਨਾਲ ਹੀ ਵੇਖਦਾ, ਉਹੀ ਤਾਕਤ ਹੈ, ਉਹੀ ਤਾਕਤ ਹੈ, ਉਹੀ ਵਿਲ ਪਾਵਰ ਹੈ ਜਿਹੜੀ ਅੱਗੇ ਹੋ ਕੇ ਸਮਾਜ ਵਿੱਚ ਵਿਚਰਦੀ। ਪਾਤਸ਼ਾਹ ਕਹਿੰਦੇ ਨੇ ਵਿਣ ਜੋਤੀ ਕੋਈ ਕਿਛ ਕਰਿਓ, ਦਿਖਾ ਸਿਆਣੀ ਹੈ। ਗੁਰੂ ਅੰਗਦ ਸਾਹਿਬ ਕਹਿੰਦੇ ਮੈਨੂੰ ਲਿਆ ਕੇ ਪਛਾਣ ਕਰਾਓ ਵੀ ਜਿਹੜਾ ਰੱਬ ਦੀ ਜੋਤ ਤੋਂ ਬਿਨਾਂ ਬੋਲ ਸਕਦਾ ਹੋਵੇ, ਰੱਬ ਦੀ ਜੋਤ ਤੋਂ ਬਿਨਾਂ ਵੇਖ ਸਕਦਾ ਹੋਵੇ, ਨਹੀਂ ਦੇਖ ਸਕਦਾ। ਇੱਥੇ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ, ਹਰ ਬਿਨ ਅਵਰ ਨਾ ਦੇਖੋ, ਦੇਖੋ ਕੋਈ ਰੱਬ ਤੋਂ ਇਲਾਵਾ ਇਹਨਾਂ ਅੱਖਾਂ ਨਾਲ ਕੁਝ ਨਾ ਵੇਖ। ਹੁਣ ਬੰਦਾ ਸਮਾਜ 'ਚ ਵਿਖਰੇਗਾ ਤੇ ਸਭ ਕੁਝ ਵੇਖੇਗਾ ਅੱਖਾਂ ਨਾਲ, ਪਰ ਗੁਰੂ ਅਮਰਦਾਸ ਪਿਤਾ ਕਹਿ ਰਹੇ ਨੇ ਅੱਖਾਂ ਨਾਲ ਰੱਬ ਤੋਂ ਇਲਾਵਾ ਕੁਝ ਨਾ ਦੇਖ। ਜੇ ਸਾਹਮਣੇ ਮਾਂ ਬੈਠੀ ਹੈ, ਮਾਂ ਨੂੰ ਦੇਖ ਰਹੇ ਹੈ, ਤੇ ਮਾਂ ਨੂੰ ਪਰਮਾਤਮਾ ਰੂਪ ਵਿੱਚ ਵੇਖ ਕੇ, ਰੱਬਾ ਤੂੰ ਮਾਂ ਵਿੱਚ ਬੈਠ ਕੇ ਮੈਨੂੰ ਮਾਂ ਦਾ ਰੂਪ ਦੇ ਕੇ ਪ੍ਰਤਪਾਲਣਾ ਕਰ ਰਹੇ ਹੈ, ਮਾਂ ਦੀ ਰਾਹੀਂ ਮਾਂ ਬਣ ਕੇ ਮੇਰੀ ਪਾਲਣਾ ਕਰ ਰਹੇ ਹੈ, ਪਿਤਾ ਵਿੱਚ ਬੈਠ ਕੇ ਪਿਤਾ ਦੇ ਰੂਪ ਵਿੱਚ ਮੇਰੀ ਪ੍ਰਤਪਾਲਣਾ ਕਰ ਰਹੇ ਹੈ, ਭਰਾ ਵਿੱਚ ਬੈਠ ਕੇ ਭਰਾ ਦੀ ਤੌਰ 'ਤੇ ਮੇਰੀ ਸਪੋਰਟ ਕਰ ਰਹੇ ਹੈ, ਭੈਣ ਵਿੱਚ ਬੈਠ ਕੇ ਭੈਣ ਦੀ ਤੌਰ 'ਤੇ ਮੇਰੀ ਸਪੋਰਟ ਕਰ ਰਹੇ ਹੈ,
ਅੱਖਾਂ ਦੇ ਨਾਲ ਸਾਰਿਆਂ ਵਿੱਚ ਨਿਰੰਕਾਰ ਨੂੰ ਦੇਖ। ਪਰ ਤਾਂ ਦੇਖੇਗਾ ਜਿੱਦਣ ਪਹਿਲਾਂ ਇਹ ਗੱਲ ਸਮਝ ਆ ਜਾਏਗੀ ਕਿ ਅੱਖਾਂ ਦੇ ਵਿੱਚ ਪਰਮਾਤਮਾ ਨੇ ਆਪਣੀ ਜੋਤ ਰੱਖੀ ਹੈ, ਰੱਖੀ ਹੈ। ਤੇ ਜਿੱਦਣ ਉਹ ਰੱਬ ਦੀ ਰੱਬੀ ਜੋਤ ਨੂੰ ਪਛਾਣ ਲਏਗਾ ਆਪਣੇ ਅੰਦਰ, ਫਿਰ ਅੱਖਾਂ ਨਾਲ ਸਾਹਮਣੇ ਤੁਰੀ ਜਾਂਦੀ ਕਿਸੇ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਜਾਣ ਕੇ ਦੇਖੇਗਾ। ਕਿਉਂ? ਅੱਖਾਂ ਨਾਲ ਨਿਰੰਕਾਰ ਨੂੰ ਦੇਖ ਰਹੇ ਹੈ। ਇਸ ਲਈ ਜਦੋਂ ਅੱਖਾਂ ਵਿੱਚ ਨਿਰੰਕਾਰ ਦੀ ਜੋਤ ਨਜ਼ਰ ਆ ਗਈ, ਫਿਰ ਕੁਦਰਤ ਦੇ ਇੱਕ ਇੱਕ ਹਿੱਸੇ ਵਿੱਚ ਕੀ ਪੂਰੀ ਕਾਇਨਾਤ ਵਿੱਚ ਦੇਖੇਗਾ ਤੇ ਤੈਨੂੰ ਕੁਦਰਤ ਵਿੱਚੋਂ ਰੱਬ ਨਜ਼ਰ ਆਏਗਾ। ਇਸ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਬਲਿਹਾਰੀ ਕੁਦਰਤ ਵਸਿਆ, ਰੱਬਾ ਮੈਂ ਤੇਰੇ ਤੋਂ ਬਲਿਹਾਰ ਜਾਣਾ ਕਿਉਂਕਿ ਤੂੰ ਕੁਦਰਤ ਵਿੱਚ ਵਸਿਆ। ਹੁਣ ਕੁਦਰਤ 'ਚ ਵਸਿਆ ਕਦੋਂ ਦੇਖਿਆ? ਜਦੋਂ ਅੱਖਾਂ ਵਿੱਚ ਵਸਿਆ ਹੋਇਆ ਉਹਨੂੰ ਜਾਣ ਲਿਆ, ਅਹਿਸਾਸ ਕਰ ਲਿਆ। ਗੁਰੂ ਅਮਰਦਾਸ ਪਾਤਸ਼ਾਹ ਨੇ ਜਦੋਂ ਅੱਖਾਂ ਦੀ ਗੱਲ ਕੀਤੀ, ਫਿਰ ਸਾਡੇ ਕੰਨਾਂ ਲਈ ਉਪਦੇਸ਼ ਦਿੱਤਾ ਤੇ ਬਚਨ ਕੀਤੇ ਵੀ ਇਹ ਸ਼ਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਪਠਾਏ ਮਾਨੇ ਭੇਜੇ। ਹੇ ਮੇਰੇ ਕੰਨੋ, ਰੱਬ ਨੇ ਤੁਹਾਨੂੰ ਸੱਚ ਸੁਣਨ ਵਾਸਤੇ ਭੇਜਿਆ। ਜੇ ਆਪਾਂ ਕਿਸੇ ਨੂੰ ਕਿਸੇ ਸਭਾ ਸੁਸਾਇਟੀ 'ਚ ਭੇਜੀਏ ਵੀ ਤੂੰ ਸੱਚ ਸੁਣ ਕੇ ਆਉਣਾ, ਝੂਠ ਨਹੀਂ ਸੁਣਨਾ, ਪਰ ਕੀ ਉਹਦੇ ਕੰਨ ਉੱਥੇ ਸੱਚ ਹੀ ਸੁਣਨਗੇ? ਪਰ ਜੋ ਬੋਲਿਆ ਜਾਏਗਾ ਉਹ ਸੁਣ ਕੇ ਆਏਗਾ। ਪਰ ਅੰਦਰ ਜਿਹੜਾ ਸੁਣ ਕੇ ਟਿਕਾਉਣਾ ਹੈ ਉਹ ਸੱਚ ਟਿਕਾਉਣਾ ਹੈ। ਫਿਰ ਪਾਤਸ਼ਾਹ ਕਹਿੰਦੇ ਨੇ, ਇਹ ਸਰਵਣੋ ਮੇਰਿਓ ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ। ਰੱਬ ਨੇ ਕੰਨਾਂ ਨੂੰ ਸਰੀਰ ਨਾਲ ਇਸੇ ਕਰਕੇ ਫਿੱਟ ਕੀਤਾ ਕਿ ਇਹ ਕੰਨ ਸੱਚ ਸੁਣ ਸਕਣ। ਅਤੇ ਉਹ ਅੱਜ ਕੰਨ ਕਿੰਨੇ ਭਾਗਾਂ ਵਾਲੇ ਹੋਣਗੇ ਜਿਹੜੇ ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਦੇ ਪ੍ਰਕਾਸ਼ ਦਿਹਾੜੇ 'ਤੇ ਆਪੋ ਆਪਣੇ ਘਰਾਂ 'ਚ ਬੈਠੇ ਹੋਏ ਆ ਪਿਆਰਾ ਸੱਚ ਸੁਣ ਰਹੇ ਹੋਣਗੇ। ਸੱਚ ਪਰਮਾਤਮਾ ਦਾ ਨਾਂ ਹੈ, ਨਾਂ ਹੈ, ਭਾਵ ਉਹ ਹਮੇਸ਼ਾ ਰਹਿਣ ਵਾਲਾ ਹੈ। ਬਿਲਕੁਲ ਜੀ, ਬਹੁਤ ਸੋਹਣੇ ਤਰੀਕੇ ਦੇ ਨਾਲ ਭਾਈ ਸਾਹਿਬ ਜੀ ਨੇ ਇੱਕ ਕੰਨਾਂ ਦੀ ਅਤੇ ਅੱਖਾਂ ਦੀ ਜੋ ਗੁਰੂ ਸਾਹਿਬ ਬਾਣੀ ਰਾਹੀਂ ਉਪਦੇਸ਼ ਕਰ ਰਹੇ ਨੇ ਕੀ ਇੰਪੋਰਟੈਂਸ ਹੈ, ਕਿਉਂਕਿ ਅੱਖਾਂ 'ਚ ਜੋਤ ਤਾਂ ਉਹੀ ਹੈ ਨਾ, ਅਤੇ ਉਸਦੀ ਜੋਤ ਨੂੰ ਮਹਿਸੂਸ ਕਰਕੇ ਜਦੋਂ ਅਸੀਂ ਸਾਹਮਣੇ ਸੰਸਾਰ ਨੂੰ ਦੇਖਾਂਗੇ ਤਾਂ ਸਾਨੂੰ ਸੰਸਾਰ ਉੱਦਾਂ ਦਾ ਦਿਸੇਗਾ। ਗੱਲ ਤਾਂ ਸਾਰੀ ਨਜ਼ਰੀਏ ਦੀ ਹੈ ਨਾ, ਕਿ ਜਿਸ ਤਰ੍ਹਾਂ ਦੀ ਭਾਵਨਾ, ਜਿਸ ਤਰ੍ਹਾਂ ਦੀ ਮਨ ਦੇ ਵਿੱਚ ਮਨਸ਼ਾ ਹੋਵੇ, ਅੱਖਾਂ ਉਸੇ ਤਰ੍ਹਾਂ ਦੇਖਦੀਆਂ ਨੇ। ਅੱਖਾਂ ਦਾ ਕਸੂਰ ਨਹੀਂ ਹੈ। ਗੁਰੂ ਸਾਹਿਬ ਬਾਣੀ ਰਾਹੀਂ ਸਮਝਾ ਰਹੇ ਨੇ ਕਿ ਭਾਈ ਇਹ ਅੱਖਾਂ ਜਿਹੜੀਆਂ ਨੇ ਪਰਮਾਤਮਾ ਦੀ ਜੋਤ ਰੂਪ ਨੇ, ਅਤੇ ਇਸੇ ਤਰ੍ਹਾਂ ਇਸ ਭਾਵਨਾ ਨੂੰ ਮਨ 'ਚ ਰੱਖ ਕੇ ਸੰਸਾਰ ਨੂੰ ਦੇਖਣਾ, ਕੰਨਾਂ ਰਾਹੀਂ ਸੱਚ ਸੁਣਨਾ, ਭਾਵ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਸੁਣਨੀ, ਆਪਣੀ ਝੂਠੀ ਵਡਿਆਈ ਨਹੀਂ, ਨਿੰਦਾ ਚੁਗਲੀ ਨਹੀਂ ਸੁਣਨੀ, ਜੋ ਅੱਜ ਜ਼ਿਆਦਾ ਹੋ ਰਹੀ ਹੈ। ਗੁਰੂ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ 'ਤੇ ਆਓ ਅਸੀਂ ਇਸ ਪ੍ਰਣ ਕਰੀਏ ਕਿ ਅਸੀਂ ਸੱਚ ਸੁਣਾਂਗੇ, ਅਤੇ ਗੁਰੂ ਸਾਹਿਬ ਜੀ ਨੂੰ ਆਪਣੇ ਇਹਨਾਂ ਨੇਤਰਾਂ ਦੇ ਵਿੱਚ, ਆਪਣੇ ਸਰੀਰ ਦੇ ਵਿੱਚ ਮਹਿਸੂਸ ਕਰਦਿਆਂ, ਅਨੁਭਵ ਕਰਦਿਆਂ ਗੁਰੂ ਸਾਹਿਬ ਜੀ ਦੇ ਉਸ ਅਕਾਲ ਪੁਰਖ ਪਰਮਾਤਮਾ ਦੇ ਸਰੂਪ ਨੂੰ ਸੰਸਾਰ ਭਰ ਦੇ ਵਿੱਚ ਦੇਖਣ ਦਾ ਯਤਨ ਕਰਾਂਗੇ। ਸੰਗਤ ਜੀ, ਅੱਜ ਦੇਖ ਰਹੇ ਹੋ ਅਕਾਲ ਚੈਨਲ, ਅਤੇ ਪ੍ਰੋਗਰਾਮ ਚੱਲ ਰਿਹਾ ਹੈ ਗਿਆਨ ਦੀ ਸਾਂਝ, ਜਿਸ ਵਿੱਚ ਅੱਜ ਅਸੀਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਇਲਾਹੀ ਬਾਣੀ ਆਨੰਦ ਸਾਹਿਬ ਰਾਹੀਂ ਵਿਚਾਰ ਕਰ ਰਹੇ ਹਾਂ। ਆਨੰਦ ਆਨੰਦ ਸਭ ਕੋ ਕਹੇ। ਇਸ ਵੇਲੇ ਬ੍ਰੇਕ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਇਸ ਵੇਲੇ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸੰਗਤ ਜੀ, ਇੱਕ ਵਾਰ ਫਿਰ ਅਕਾਲ ਚੈਨਲ 'ਤੇ ਆਪ ਸਾਰਿਆਂ ਨੂੰ ਜੀ ਆਇਆਂ ਨੂੰ। ਪ੍ਰੋਗਰਾਮ ਗਿਆਨ ਦੀ ਸਾਂਝ ਵਿੱਚ ਤੁਹਾਡੇ ਨਾਲ ਤੁਹਾਡਾ ਨਿਮਾਣਾ ਜਿਹਾ ਸੇਵਕ ਸਵਰਨ ਸਿੰਘ। ਅੱਜ ਦੇ ਇਸ ਪ੍ਰੋਗਰਾਮ ਗਿਆਨ ਦੀ ਸਾਂਝ ਦੇ ਵਿੱਚ ਅਸੀਂ ਵਿਚਾਰ ਕਰ ਰਹੇ ਹਾਂ ਆਨੰਦ ਸਾਹਿਬ ਦੀ ਬਾਣੀ, ਕਿਉਂਕਿ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬ ਹੈ। ਸਾਡੇ ਨਾਲ ਦਿੱਲੀ ਸਟੂਡੀਓ ਦੇ ਵਿੱਚ ਇਸ ਵੇਲੇ ਜੁੜੇ ਹੋਏ ਨੇ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ, ਜੋ ਬਹੁਤ ਸੋਹਣੇ ਤਰੀਕੇ ਦੇ ਨਾਲ ਆਨੰਦ ਸਾਹਿਬ ਬਾਣੀ ਦੇ ਅੰਦਰਲੇ ਜੋ ਸਿਧਾਂਤ ਨੇ, ਜੋ ਉਪਦੇਸ਼ ਨੇ, ਖੋਲ੍ਹ ਕੇ ਸਾਡੇ ਨਾਲ ਸਾਂਝਾ ਕਰ ਰਹੇ ਨੇ। ਇਸੇ ਤਰ੍ਹਾਂ ਦੇਖਦੇ ਰਹੋ। ਸੰਗਤ ਜੀ, ਅਸੀਂ ਹੁਣੇ ਵਿਚਾਰ ਕੀਤੀ ਜੋ ਭਾਈ ਸਾਹਿਬ ਜੀ ਨੇ ਸਾਨੂੰ ਦੱਸਿਆ ਕਿ ਕੰਨਾਂ ਦਾ, ਅੱਖਾਂ ਦਾ, ਇਸ ਮਨੁੱਖਾ ਸਰੀਰ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੋ ਸਾਨੂੰ ਬਾਣੀ ਰਾਹੀਂ ਦੱਸਦੇ ਨੇ ਕਿ ਕੀ ਮਹੱਤਵ ਹੈ, ਕੀ ਇੰਪੋਰਟੈਂਸ ਹੈ, ਕੀ ਦੇਖਣਾ ਚਾਹੀਦਾ, ਕੀ ਸੁਣਨਾ ਚਾਹੀਦਾ। ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਤਾਂ ਸਾਡੇ ਸਾਹਮਣੇ ਗੁਰੂ ਸਾਹਿਬ ਬਾਣੀ ਦੇ ਵਿੱਚ ਇਹ ਬਚਨ ਕਰਦੇ ਨੇ ਕਿ ਇਹ ਜਿਹੜੀ ਰਸਨਾ ਹੈ ਜਿਸ ਨੂੰ ਅਸੀਂ ਜੀਵ ਕਹਿੰਦੇ ਹਾਂ, ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ।
ਬਈ ਇਹ ਰਸਨਾ ਜਿਹੜੀ ਏ ਇਹ ਅੰਨ ਰਸ ਭਾਉ ਬੇਕਾਰ ਦੇ ਰਸਾਂ ਦੇ ਵਿੱਚ ਰਚੀ ਹੋਈ ਏ, ਇਸ ਜੀ ਕਰਕੇ ਇਹ ਪਿਆਸੀ ਹੈ। ਅਤੇ ਗੁਰੂ ਸਾਹਿਬ ਸਾਨੂੰ ਬਾਣੀ ਰਾਹੀਂ ਸਮਝਾ ਰਹੇ ਨੇ ਕਿ ਇਹ ਰਸਨਾ ਜਿਹੜੀ ਏ ਇਹਦੀ ਪਿਆਸ ਕਿੱਦਾਂ ਜਾਏਗੀ, ਕੀ ਕਰਨਾ ਹੋਏਗਾ ਇਸ ਰਸਨਾ ਨੂੰ ਕਿ ਇਹਦੀ ਪਿਆਸ ਮੁੱਕ ਜਾਏ। ਸਰੀਰ ਦੇ ਅੰਗਾਂ ਵਿੱਚੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਜਦੋਂ ਅੱਖਾਂ ਦੀ ਗੱਲ ਕੀਤੀ, ਕੰਨਾਂ ਦੀ ਗੱਲ ਕੀਤੀ, ਉਹਨਾਂ ਅੰਗਾਂ ਵਿੱਚੋਂ ਫਿਰ ਇਸ ਜ਼ੁਬਾਨ ਨੂੰ ਮੁਖਾਤਿਬ ਕਰਕੇ ਵੀ ਬਚਨ ਕਹੇ ਵੀ ਹੇ ਮੇਰੀ ਜ਼ੁਬਾਨ, ਦੁਨੀਆਂ ਦੇ ਜਿੰਨੇ ਮਰਜ਼ੀ ਪਦਾਰਥ ਖਾ ਲਏ ਤੈਨੂੰ ਆਨੰਦ ਨਹੀਂ ਆਉਣ ਲੱਗਾ, ਜਿੰਨੇ ਮਰਜ਼ੀ ਪਦਾਰਥ ਇਹਦੇ ਨਾਲ ਰੋਜ਼ ਸਵਾਦ ਲੈ ਚੱਖ ਲੈ ਤੈਨੂੰ ਆਨੰਦ ਨਹੀਂ ਆਉਣ ਲੱਗਾ, ਅਤੇ ਇਹਦੀ ਪਿਆਸ ਮਿਟਣ ਨਹੀਂ ਲੱਗੀ, ਅੱਜ ਇੱਕ ਪਦਾਰਥ ਦਾ ਸਵਾਦ ਚੱਖਿਆ ਕੱਲ੍ਹ ਨੂੰ ਦੂਜੇ ਦਾ ਚੱਖੇਗਾ, ਇਹਦੀ ਤ੍ਰਿਪਤੀ ਨਹੀਂ ਹੋਣ ਲੱਗੀ। ਅਤੇ ਸਤਿਗੁਰੂ ਕਹਿੰਦੇ ਨੇ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਵੀ ਤੇਰੀ ਪਿਆਸ ਨਹੀਂ ਮਿਟਣ ਲੱਗੀ, ਤੇਰੀ ਤ੍ਰਿਸ਼ਨਾ ਨਹੀਂ ਖਤਮ ਹੋਣ ਲੱਗੀ, ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ, ਵੀ ਇਹ ਮੇਰੀ ਜ਼ੁਬਾਨ ਜਦੋਂ ਤੱਕ ਪਰਮਾਤਮਾ ਦਾ ਨਾਮ ਆਪਣੇ ਪੱਲੇ ਨਹੀਂ ਬੰਨੇਗੀ ਉਦੋਂ ਤੱਕ ਤੇਰੀ ਤ੍ਰਿਸ਼ਨਾ ਮਿਟਣ ਨਹੀਂ ਲੱਗੀ ਹੋਰ ਹੋਰ ਪਦਾਰਥਾਂ ਦਾ ਸਵਾਦ ਚੱਖਣ ਦੀ। ਔਰ ਸੱਚ ਵਿੱਚ ਜੇ ਗੁਰੂ ਅਮਰਦਾਸ ਪਾਤਸ਼ਾਹ ਦਾ ਇਹ ਬਚਨ ਸਾਡੀ ਜ਼ੁਬਾਨ ਨੂੰ ਸਮਝਾ ਲਈਏ ਤਾਂ ਸਰੀਰ ਨੂੰ ਜਿੰਨੇ ਵੀ ਰੋਗ ਲੱਗਦੇ ਨੇ ਉਹਨਾਂ ਵਿੱਚੋਂ 90% ਜ਼ੁਬਾਨ ਦੇ ਸਵਾਦਾਂ ਕਰਕੇ ਲੱਗਦੇ ਨੇ ਜੀ। ਦੇਖੋ ਕਿੱਡਾ ਵੱਡਾ ਉਪਦੇਸ਼ ਹੈ ਗੁਰੂ ਸਾਹਿਬ ਦਾ, ਜੀ ਜਿੱਥੇ ਗੁਰੂ ਸਾਹਿਬ ਸਾਨੂੰ ਪਰਮਾਤਮਾ ਦੇ ਨਾਲ ਜੋੜ ਰਹੇ ਨੇ ਉੱਥੇ ਇੱਕ ਤੰਦਰੁਸਤ ਰਹਿਣ ਦਾ ਸਾਨੂੰ ਇਹ ਨੁਸਖਾ ਵੀ ਦੱਸ ਰਹੇ ਨੇ ਕਿ ਭਾਈ ਇਹ ਸਵਾਦਾਂ ਦੇ ਵਿੱਚ ਨਾ ਪੈ, ਇਹ ਜਿਹੜੀ ਜ਼ੁਬਾਨ ਦੇ ਸਵਾਦ ਤੈਨੂੰ ਮਾਰ ਰਹੇ ਨੇ, ਪਰਮਾਤਮਾ ਦੇ ਨਾਮ ਦਾ ਰਸ ਪੀ ਤੇਰੇ ਅੰਦਰ ਤ੍ਰਿਪਤੀ ਆਏਗੀ, ਤੇਰੀ ਤ੍ਰਿਸ਼ਨਾ ਮੁਕੇਗੀ, ਤੇਰੀ ਪਿਆਸ ਜਿਹੜੀ ਹੈ ਉਹ ਬੁੱਝ ਜਾਏਗੀ। ਭਾਈ ਸਾਹਿਬ ਜੀ ਗੁਰੂ ਸਾਹਿਬ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਜਿਹੜੇ ਸੰਸਾਰ ਦੇ ਅੰਦਰ ਭਗਤ ਨੇ ਜੀ ਇਹਨਾਂ ਦੀ ਚਾਲ ਨਿਰਾਲੀ ਹੈ, ਇਹ ਨਿਰਾਲੀ ਚਾਲ ਕੀ ਹੈ, ਕੀ ਗੁਰੂ ਸਾਹਿਬ ਕੀ ਇਸ਼ਾਰਾ ਦੇ ਰਹੇ ਨੇ? ਬਿਲਕੁਲ, ਇੱਕ ਬੜੀ ਸੋਹਣੀ ਚਾਲ ਹੈ, ਕੋਈ ਉਹਨਾਂ ਦੀ ਕੋਈ ਵੱਖਰੀ ਚਾਲ ਹੈ ਜਾਂ ਕੀ ਇਹਦੇ ਪਿੱਛੇ ਕੀ? ਬੜਾ ਪਿਆਰਾ ਲੌਜਿਕ ਹੈ, ਬੜਾ ਪਿਆਰਾ ਬਚਨ ਹੈ ਗੁਰੂ ਅਮਰਦਾਸ ਪਿਤਾ ਮਹਾਰਾਜ ਦਾ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਬਿਖਮ ਮਾਰਗ ਚੱਲਣਾ। ਹੁਣ ਤੋਰ ਤਾਂ ਫਰਕ ਨਹੀਂ ਪੈਂਦਾ, ਤੋਰ ਉਹੀ ਹੈ ਜੋ ਆਮ ਇਨਸਾਨ ਦੀ ਹੈ, ਕਿਉਂਕਿ ਭਗਤ ਨੇ ਵੀ ਮਾਂ ਦੀ ਕੁੱਖ 'ਚੋਂ ਜਨਮ ਲਿਆ ਹੈ ਅਤੇ ਆਮ ਇਨਸਾਨ ਨੇ ਵੀ ਜਨਮ ਉੱਥੋਂ ਹੀ ਲਿਆ, ਜਿਵੇਂ ਬਾਕੀ ਲੋਕ ਤੁਰਦੇ ਨੇ ਇੱਦਾਂ ਹੀ ਰੱਬ ਦਾ ਪਿਆਰਾ ਭਗਤ ਤੁਰਦਾ। ਅਸਲ ਵਿੱਚ ਚਾਲ ਨਿਰਾਲੀ ਲਫ਼ਜ਼ ਇਸ ਲਈ ਵਰਤਿਆ ਗੁਰੂ ਅਮਰਦਾਸ ਪਾਤਸ਼ਾਹ ਨੇ ਕਿ ਉਹ ਵਿਕਾਰਾਂ ਅਤੇ ਗੁਨਾਹਾਂ ਅਤੇ ਪਾਪਾਂ ਅਤੇ ਐਬਾਂ ਦੇ ਰਸਤੇ 'ਤੇ ਨਹੀਂ ਤੁਰਦਾ, ਉਹਦਾ ਜਿਹੜਾ ਜੀਵਨ ਹੈ ਉਹ ਇੱਕ ਬੁਨਿਆਦੀ ਹੈ ਜੀ, ਇੱਕ ਮਤਲਬ ਆਦਰਸ਼ਕ ਜੀਵਨ ਹੈ ਜੀ ਜੀ ਜੀ, ਆਮ ਲੋਕਾਂ ਨਾਲੋਂ ਸੱਚ ਦੇ ਰਸਤੇ 'ਤੇ ਤੁਰਨ ਵਾਲਾ ਜੀਵਨ, ਅਤੇ ਜਦੋਂ ਜੀਵਨ ਸੱਚ ਦੇ ਮਾਰਗ 'ਤੇ ਚੱਲ ਰਿਹਾ ਤਾਂ ਚਾਲ 'ਤੇ ਆਪਣੇ ਆਪ ਨਿਰਾਲੀ ਹੋ ਜਾਣੀ। ਲੋਕ ਹੁਣ ਬਾਬਾ ਦੀਪ ਸਿੰਘ ਦੀ ਚਾਲ ਬਾਰੇ ਕੀ ਕਹਿਣਗੇ? ਬਿਲਕੁਲ, ਅਤੇ ਚਲੋ ਗੁਰੂ ਅਮਰਦਾਸ ਪਾਤਸ਼ਾਹ ਵੀ 20 ਸਾਲ ਹਰਿਦੁਆਰ ਗੰਗਾ ਨਦੀ 'ਤੇ ਜਾਂਦੇ ਰਹੇ, ਚਾਲ 'ਤੇ ਉਹ ਵੀ ਸੀ, ਚਾਲ ਉਹ ਵੀ ਸੀ, ਪਰ ਜਦੋਂ ਆਪਣੇ ਭਰਾ ਦੇ ਬੇਟੇ ਭਾਈ ਜੱਸੂ ਨਾਲ ਗੁਰੂ ਅੰਗਦ ਸਾਹਿਬ ਦੀ ਵਿਆਹੀ ਹੋਈ ਬੱਚੀ ਬੀਬੀ ਅਮਰੋ ਦੇ ਨਾਲ ਜਿੱਦਣ ਧੰਨ ਗੁਰੂ ਅੰਗਦ ਸਾਹਿਬ ਕੋਲ ਗਏ, ਹੁਣ ਉਹ ਚਾਲ ਵੀ ਦੇਖਣੀ ਪਏਗੀ, ਚਾਲ ਵੀ ਦੇਖਣੀ, ਉਹ ਭਗਤ ਬਣ ਕੇ ਚਾਲ ਹੈ। ਹਾਂਜੀ ਹਾਂਜੀ, ਫਿਰ ਉਹ ਚਾਲ ਛੱਡੀਏ ਤੇ ਜਿਹੜੀ ਸਨ 1552 ਤੱਕ ਉਹ ਚਾਲ ਜਿਹੜੀ 12 ਸਾਲ ਚੱਲੀ ਉਹ ਗੁਰੂ ਸਾਹਿਬ ਦੇ ਰੂਪ ਦੇ ਵਿੱਚ ਜਿਹੜੀ ਗੱਦੀ ਤੇ ਬੈਠ ਕੇ ਜੀ ਜੀ ਉਹ ਵੀ ਗੁਰਤਾ ਗੱਦੀ ਤੋਂ ਪਹਿਲਾਂ ਚੱਲੀ ਜਿਹੜੀ ਰੋਜ਼ ਗਾਗਰ ਢੋਣੀ ਸੀ, ਉਹ ਵੱਖਰੀ, ਉਹ ਵੀ ਚਾਲ ਨਿਰਾਲੀ ਸੀ, ਪਰ ਉਹ ਗੁਰੂ ਦਾ ਸੇਵਕ ਬਣ ਕੇ ਚਾਲ ਸੀ, ਉਹ ਭਗਤ ਬਣ ਕੇ ਚਾਲ ਸੀ, ਤੇ ਫਿਰ ਜਿਹੜੀ ਗੁਰਤਾ ਗੱਦੀ ਤੇ ਬੈਠ ਕੇ ਚਾਲ ਚੱਲੀ ਹੈ ਉਹ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਹੈ। ਦੇਖੋ ਗੁਰੂ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਹੀ ਸਾਨੂੰ ਇਹ ਵੱਖਰੀ ਚਾਲ ਨਜ਼ਰ ਆ ਰਹੀ ਹੈ ਜੀ, ਜਿਸ ਵੇਲੇ ਗੁਰਤਾ ਗੱਦੀ ਤੇ ਬੈਠੇ ਨੇ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜਿਹੜੇ ਸਪੁੱਤਰ ਨੇ ਜੀ ਭਾਈ ਦਾਤੂ ਜੀ, ਉਹਨਾਂ ਨੂੰ ਗੁੱਸੇ ਦੇ ਵਿੱਚ ਲੱਤ ਕੱਢ ਮਾਰਦੇ ਆ ਜੀ ਜੀ ਜੀ, ਤੇ ਵਚਨ ਕਰਦੇ ਨੇ ਗੁਰੂ ਸਾਹਿਬ ਕਿ ਮੇਰਾ ਸਰੀਰ ਬਿਰਧ ਹੈ, ਹੱਡੀਆਂ ਜਿਹੜੀਆਂ ਨੇ ਸਖਤ ਹੋ ਗਈਆਂ ਨੇ, ਕਿਤੇ ਤੁਹਾਨੂੰ ਸੱਟ ਤੇ ਨਹੀਂ ਲੱਗੀ ਜੀ ਜੀ ਜੀ, ਇਹ 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 ਨਿਰਾਲੀ 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 ਕਮਾਲ ਦੀ ਚਾਲ, ਕੋਈ ਆਮ ਸਧਾਰਨ ਬੰਦਾ ਹੋਵੇ ਤੇ ਉਹ ਲੜਨ ਨੂੰ ਪਏਗਾ ਜੀ ਜੀ ਜੀ, ਕਿ ਮਾਰੀ ਕਿੱਦਾਂ ਮੇਰੀ ਇੰਨੀ ਅਵਸਥਾ ਹੈ ਜੀ ਜੀ, ਇਹੀ ਚੀਜ਼ ਸਾਨੂੰ ਸਮਝ ਆਉਣੀ ਹੈ ਕਿ ਜੀਵਨ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੇ ਰੁਤਬੇ ਮਿਲਣਗੇ ਜੀ, ਅਸੀਂ ਕਈ ਤਰੱਕੀਆਂ ਕਰਾਂਗੇ ਜੀ, ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨਗੇ, ਸਾਨੂੰ ਕਿਤੇ ਗਿਆਨ ਦੀ ਵੀ ਪ੍ਰਾਪਤੀ ਹੋਵੇਗੀ, ਨਾਮ ਸਿਮਰਨ ਵੀ ਸਾਡੇ ਨਾਲ ਚੱਲੇਗਾ, ਪਰ ਇਹ ਜਿਹੜੀ ਨਿਰਾਲੀ ਚਾਲ ਹੈ ਨਾ ਇਹ ਨਹੀਂ ਭੁੱਲਣੀ। ਬਿਲਕੁਲ, ਤੇ ਇਹਦਾ ਜਿਹੜਾ ਨਿਰਾਲੀ ਚਾਲ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਐਕਸਲ ਜੋ ਹੈ ਉਹ ਹੈ ਨਿਮਰਤਾ ਜੀ 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 ਜੀ।
ਉਹ ਹੈ ਡੈਡੀਕੇਸ਼ਨ, ਕਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਰਹਿ ਕੇ ਸਾਡੇ ਸਾਹਮਣੇ ਇਹ ਸਭ ਕੁਝ ਰੱਖਿਆ। ਜੀ ਜੀ ਬਹੁਤ ਸੋਹਣੇ ਤਰੀਕੇ ਦੇ ਨਾਲ ਭਾਈ ਸਾਹਿਬ ਜੀ ਆਪ ਜੀ ਸਮਝਾ ਰਹੇ ਹੋ। ਸੰਗਤ ਜੀ, ਮੈਂ ਆਪ ਜੀ ਨੂੰ ਦੱਸ ਦਿਆਂ ਕਿ ਇਹ ਪ੍ਰੋਗਰਾਮ ਗਿਆਨ ਦੀ ਸਾਂਝ, ਜਿਸ ਵਿੱਚ ਅਸੀਂ ਗੱਲ ਕਰ ਰਹੇ ਹਾਂ ਆਨੰਦ ਆਨੰਦ ਸਭ ਕੋ ਕਹੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਅੱਜ ਦਾ ਇਹ ਖਾਸ ਪ੍ਰੋਗਰਾਮ ਆਪ ਸਾਰਿਆਂ ਦੀ ਨਜ਼ਰ ਹੋ ਰਿਹਾ। ਸਾਡੇ ਨਾਲ ਜੁੜੇ ਹੋਏ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ, ਬੜੇ ਸੋਹਣੇ ਤਰੀਕੇ ਦੇ ਨਾਲ ਜੋ ਆਪ ਜੀ ਦੇ ਨਾਲ ਗੁਰਬਾਣੀ ਆਨੰਦ ਸਾਹਿਬ ਦੀ ਬਾਣੀ ਜੋ ਹੈ ਉਹ ਇਸ ਤਰ੍ਹਾਂ ਸਿਧਾਂਤਕ ਰੂਪ ਦੇ ਵਿੱਚ ਖੋਲ੍ਹ ਕੇ ਸਾਹਮਣੇ ਰੱਖ ਰਹੇ ਨੇ। ਭਾਈ ਸਾਹਿਬ ਜੀ, ਸਾਡੇ ਜਿਸ ਵੇਲੇ ਆਨੰਦ ਸਾਹਿਬ ਪੜ੍ਹਦੇ ਹਾਂ ਤੇ ਇੱਕ ਸਾਡੀ ਦ੍ਰਿਸ਼ਟੀਗੋਚਰ ਪੈਂਦੀ ਹੈ ਗੱਲ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਇੱਥੇ ਹੁਣ ਕਿਹੜੇ ਵਾਜੇ ਦੀ ਗੱਲ ਹੋ ਰਹੀ ਹੈ, ਕਿਹੜੀ ਗੁਫਾ ਦੀ ਗੱਲ ਹੋ ਰਹੀ ਹੈ? ਫਿਰ ਗੁਰੂ ਸਾਹਿਬ ਕਹਿੰਦੇ ਨੇ ਕਿ ਨੌ ਦਰਵਾਜੇ ਪ੍ਰਗਟ ਕੀਤੇ, ਦਸਵਾਂ ਗੁਪਤ ਰਖਾਇਆ। ਇਹ ਕਿਹੜੇ ਨੌ ਦਰਵਾਜੇ ਨੇ ਤੇ ਜਿਹੜਾ ਦਸਵਾਂ ਹੈ, ਜਿਹੜਾ ਗੁਪਤ ਹੈ, ਉਹ ਕਿਹੜਾ ਦਰਵਾਜਾ ਹੈ? ਇਹ ਜ਼ਰੂਰ ਸੰਗਤ ਦੇ ਨਾਲ ਸਾਂਝ ਪਾਓ ਜੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਪਹਿਲਾਂ ਸਰੀਰ ਦੇ ਇੱਕ ਇੱਕ ਅੰਗ ਨੂੰ ਮੁਖਾਤਿਬ ਕਰਕੇ ਇੱਕ ਇੱਕ ਪੌੜੀ ਉਚਾਰਨ ਕੀਤੀ। ਜਦੋਂ ਅਖੀਰ 'ਤੇ ਆਨੰਦ ਸਾਹਿਬ ਦੇ ਅਖੀਰ 'ਤੇ ਪਹੁੰਚਦੇ ਨੇ, ਫਿਰ ਪੂਰੇ ਸਰੀਰ ਨੂੰ ਸਤਿਗੁਰੂ ਨੇ ਇੱਕ ਗੁਫਾ ਲਫ਼ਜ਼ ਵਰਤਿਆ, ਹਰ ਜੀਉ ਗੁਫਾ ਅੰਦਰ ਰੱਖ ਕੇ। ਇੱਥੇ ਹਰ 'ਤੇ ਅਲਪ ਵਿਰਾਮ ਹੈ, ਹਰ ਜੀਉ ਗੁਫਾ ਅੰਦਰ ਰੱਖ ਕੇ। ਜੀਉ ਜੀਉ ਮਾਨੇ ਜਿੰਦ, ਜਿੰਦ ਪਰਮਾਤਮਾ ਨੇ ਜਿੰਦ ਤੇਰੀ ਸਰੀਰ ਰੂਪੀ ਗੁਫਾ ਵਿੱਚ ਰੱਖ ਕੇ ਵਾਜਾ ਪਵਨ ਪਵਨ ਵਜਾਇਆ, ਸਰੀਰ ਦਾ ਵਾਜਾ ਹਵਾ ਦੇ ਨਾਲ ਵਜਾ ਦਿੱਤਾ। ਜੇ ਆਪਾਂ ਬੋਲ ਰਹੇ ਹਾਂ ਤੇ ਆਕਸੀਜਨ ਅੰਦਰ ਜਾ ਰਹੀ ਹੈ, ਹਵਾ ਇਹ ਸਾਹ ਜੋ ਹੈ ਆਦਮੀ ਹਾਂ ਦਾ ਮਾਰਿਆ ਜਾ ਰਿਹਾ ਆਦਮੀ ਤਾਂ, ਤੇ ਉਸ ਸਵਾਸਾਂ ਦੇ ਹਵਾ ਦੇ ਨਾਲ ਸਰੀਰ ਦਾ ਵਾਜਾ ਵੱਜ ਰਿਹਾ। ਸਾਰੀ ਦਿਹਾੜੀ ਅਸੀਂ ਇੱਕ ਦੂਸਰੇ ਨਾਲ ਬਚਨ ਬਿਲਾਸ ਕਰਦੇ ਹਾਂ, ਇਹ ਵਾਜਾ ਬੋਲਦਾ ਹੈ ਤੇ ਬੋਲ ਕਾਹਦੇ ਸਿਰ ਤੇ ਰਿਹਾ, ਉਸ ਹਵਾ ਦੇ ਸਿਰ ਤੇ ਬੋਲ ਰਿਹਾ। ਹਰ ਜੀਉ ਹਰ ਤੇ ਅਲਪ ਵਿਰਾਮ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਫਿਰ ਕਿਹਾ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ। ਹਵਾ ਨਾਲ ਸਰੀਰ ਦਾ ਵਾਜਾ ਵਜਾ ਕੇ ਇਹਦੇ ਨੌ ਦਰਵਾਜ਼ੇ ਰੱਬ ਨੇ ਪ੍ਰਗਟ ਕਰ ਦਿੱਤੇ, ਦੋ ਅੱਖਾਂ, ਦੋ ਕੰਨ, ਦੋ ਨੱਕ, ਇੱਕ ਮੂੰਹ ਤੇ ਦੋ ਸਰੀਰ ਦੀ ਐਕਟੀਵਿਟੀ ਨਿਬੇੜਨ ਦੇ ਅੰਗ, ਇਹ ਟੋਟਲ ਹੋ ਗਿਆ ਨੌ। ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਦਸਵਾਂ ਪਰਮਾਤਮਾ ਨੇ ਅੰਤਰ ਆਤਮੇ ਤੇਰਾ ਦਿਮਾਗ ਗੁਪਤ ਰੱਖਿਆ ਲੁਕਾਕ, ਜਿਸ ਨੂੰ ਆਪਾਂ ਆਮ ਬੋਲੀ 'ਚ ਦਸਮ ਦੁਆਰ ਕਹਿੰਦੇ ਹਾਂ। ਉਹ ਦਸਮ ਦੁਆਰ ਜੋ ਬੰਦੇ ਦੇ ਦਿਮਾਗ ਵਿੱਚ ਹੈ, ਸਤਿਗੁਰੂ ਕਹਿੰਦੇ ਰੱਬ ਨੇ ਉਹਨੂੰ ਲੁਕਾ ਦਿੱਤਾ, ਬੰਦ ਕਰ ਦਿੱਤਾ, ਹੁਣ ਉਹ ਖੁੱਲ੍ਹੇਗਾ ਕਿਵੇਂ? ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਜਿਹੜਾ ਗੁਰੂ ਦਰਬਾਰ ਆਏਗਾ ਤੇ ਅੱਜ ਤੇ ਪਾਤਸ਼ਾਹ ਨੇ ਆਵਾਜ਼ ਹੀ ਮਾਰੀ, ਭਾਈ ਅੱਜ ਘਰ ਨਾ ਬੈਠਿਓ, ਅੱਜ ਗੁਰੂ ਅਮਰਦਾਸ ਪਿਤਾ ਕਹਿੰਦੇ ਆ ਜਿਓ ਗੁਰਦੁਆਰੇ ਤੇ ਆ ਕੇ ਗੁਰੂ ਨਾਲ ਪ੍ਰੀਤ ਲਾਇਓ, ਤੇ ਜੇ ਗੁਰੂ ਨਾਲ ਅੱਜ ਪ੍ਰਕਾਸ਼ ਦਿਹਾੜੇ ਤੇ ਗੁਰੂ ਅਮਰਦਾਸ ਪਾਤਸ਼ਾਹ ਨਾਲ ਗੁਰਦੁਆਰੇ ਜਾ ਕੇ ਪ੍ਰੀਤ ਪੈ ਗਈ ਤੇ ਉਸ ਪ੍ਰੀਤ ਦੀ ਭਾਵਨੀ ਨਾਲ ਦਸਮ ਦੁਆਰ ਖੁੱਲ ਜਾਏਗਾ। ਬਹੁਤ ਸੋਹਣੇ ਤਰੀਕੇ ਦੇ ਨਾਲ ਭਾਈ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਗੁਰੂ ਦੇ ਨਾਲ ਪਿਆਰ ਪਾਈਏ, ਗੁਰੂ ਦੁਆਰੇ ਜਾਈਏ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਤੇ ਇਹ ਜੋ ਗੁਪਤ ਦੁਆਰ ਹੈ ਨਾ, ਇਹ ਜਿਸ ਨੂੰ ਅਸੀਂ ਮਨ ਕਹਿ ਲਈਏ, ਜਿਸ ਨੂੰ ਅਸੀਂ ਬੁੱਧੀ ਕਹਿ ਲਈਏ, ਇਸ ਨੂੰ ਦਸਮ ਦੁਆਰ ਕਹਿ ਲਈਏ, ਇਹ ਉੱਥੇ ਖੁੱਲ੍ਹੇਗਾ। ਪਰ ਇਹ ਅਧਿਆਤਮਕ ਦੁਆਰ ਹੈ, ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਪਾਈ ਹੋਈ ਸਾਂਝ, ਉਹਦੇ ਨਾਲ ਪਾਇਆ ਹੋਇਆ ਪਿਆਰ, ਇਹ ਇਸ ਨੂੰ ਖੋਲ੍ਹ ਸਕਦਾ। ਕਹਿ ਦਈਏ ਕਿ ਇਹ ਇਹਦੀ ਜਿਹੜੀ ਚਾਬੀ ਹੈ ਉਹ ਗੁਰਬਾਣੀ ਹੈ, ਨਾਮ ਸਿਮਰਨ ਹੈ। ਜੀ ਜੀ, ਅੱਜ ਸਾਹਿਬਾਂ ਦੇ ਪਾਵਨ ਪ੍ਰਕਾਸ਼ ਪੁਰਬ 'ਤੇ ਗਿਆਨ ਦੀ ਸਾਂਝ ਰਾਹੀਂ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਮੁਖਾਰਬਿੰਦ 'ਚੋਂ ਉਚਾਰੀ ਹੋਈ ਬਾਣੀ ਆਨੰਦ ਸਾਹਿਬ ਦੀ ਸਿਧਾਂਤਕ ਬਹੁਤ ਸੋਹਣੇ ਤਰੀਕੇ ਦੇ ਨਾਲ ਰੂਪਰੇਖਾ ਵਿਚਾਰ ਚਰਚਾ ਸਾਡੇ ਸਾਹਮਣੇ ਰੱਖੀ। ਸੰਗਤ ਜੀ, ਆਸ ਹੈ ਆਪ ਜੀ ਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਅੱਜ ਇਸ ਵੇਲੇ ਅੱਜ ਦੇ ਇਸ ਪ੍ਰੋਗਰਾਮ ਦਾ ਸਮਾਂ ਖਤਮ ਹੈ। ਅਗਲੇ ਐਪੀਸੋਡ ਦੇ ਵਿੱਚ ਫਿਰ ਇੱਕ ਹੋਰ ਨਵਾਂ ਵਿਸ਼ਾ ਲੈ ਕੇ ਆਪ ਦੇ ਨਾਲ ਗਿਆਨ ਦੀ ਸਾਂਝ ਲਈ ਹਾਜ਼ਰ ਹੋਵਾਂਗੇ। ਤਾਂ ਤੱਕ ਤੁਸੀਂ ਦੇਖਦੇ ਰਹੋ ਅਕਾਲ ਚੈਨਲ, ਸਾਨੂੰ ਦਿਓ ਇਜਾਜ਼ਤ। ਪਰਮਜੀਤ ਸਿੰਘ ਜੀ ਅਕਾਲ ਚੈਨਲ ਦੇ ਦਿੱਲੀ ਸਟੂਡੀਓ ਵਿੱਚ ਆ ਕੇ ਗਿਆਨ ਦੀ ਸਾਂਝ ਰਾਹੀਂ
ਇਸ ਤਰ੍ਹਾਂ ਗੁਰਬਾਣੀ ਦੀ ਸਾਂਝ ਸੰਗਤਾਂ ਨਾਲ ਕਰਨ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਔਰ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਆਪ ਜੀ ਦੀ ਸੇਵਾ ਜਦੋਂ ਪਏਗੀ, ਲੋੜ ਪਵੇਗੀ, ਸੇਵਾ ਆਪ ਜੀ ਦੇਣ ਦੀ ਕਿਰਪਾਲਤਾ ਕਰੋਗੇ। ਬਹੁਤ ਬਹੁਤ ਧੰਨਵਾਦ, ਕਰੋ ਕਿਰਪਾ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।